ਧਾਗਾ ਟੁੱਟ ਗਿਆ ਯਾਰ। ਕੀ ਕਰਦੀ ਅਮਰੀ ਗਿੱਧਿਆਂ ਦੀ ਰਾਣੀ? ਹਾਂ ਕੁੜਤੀ ਤੇ ਲੇੜਾ ਮਾਰਦੀ ਹੈ। ਕਾਹਨੂੰ ਮਾਰਦਾ ਯਾਰ? ਹਾਂ ਆਹ ਪੌਣੇ ਜੇ ਬਣਾਉਣਾ ਰੋਟੀ ਯਾਰ। ਜੁਰ ਨਾ ਕਿਹਾ ਕਰ, ਜਦੋਂ ਹੁਣ ਆਪਾਂ ਲੈਣ ਚ ਪੈ ਗਏ ਫਿਰ ਉਹੀ ਜੋ ਗੱਲਾਂ ਬਾਤਾਂ ਰੱਖਿਆ ਕਰ। ਉਹ ਮੈਂ ਨੀ ਪੈਂਦਾ ਪੂੰਦਾ ਉਹ ਗੱਗੀ ਯਾਰੇ ਲੈਣ ਚ। ਕਿਉਂ? ਉਹ ਯਾਰ ਮੈਨੂੰ ਤਾਂ ਤਾਏ ਨੇ ਗਾਲਾਂ ਕੱਢੀਆਂ ਯਾਰ, ਮੇਰੀ ਤਾਂ ਬੇਇੱਜ਼ਤੀ ਬਹੁਤ ਕਰੀ ਆ। ਉਹ ਲੋਕ ਤਾਂ ਪਹਿਲਾਂ ਮੱਚਦੇ ਹੁੰਦੇ ਨੇ ਜਦੋਂ ਆਪਾਂ ਸ਼ੁਰੂਆਤਾਂ ਕਰਦੇ ਆ। ਉਹ ਯਾਰ ਮੈਨੂੰ ਵੀ ਨਹੀਂ ਵਧੀਆ ਲੱਗਦਾ ਯਾਰ ਲੱਕ ਜਾ ਹਿਲਾਉਣਾ। ਇਹ ਲੱਕ ਹਿਲਾਉਣ ਚ ਕੀ ਹੈਗਾ, ਕੁੜੀਆਂ ਵੀ ਤਾਂ ਹਿਲਾਉਂਦੀਆਂ ਨੇ ਜੀ। 1 ਲੱਖ ਦਾ 2000 ਮਿਲਦਾ ਹੈਗਾ, ਉਹ ਉਹਦਾ ਵਧੀਆ ਹੈ। ਇਹ ਤਾਂ ਸਸਤੀ ਜੋਬ ਕੀ ਹੈਗੀ। ਉਹ ਤਾਂ ਗੱਲ ਠੀਕ ਆ ਫਿਰ। ਉਹ ਯਾਰ ਆਹ ਮੇਰੀ ਹਾਂ ਤਾਈ ਹੋਰੀਆਂ ਲੱਗ ਗਈਆਂ ਤਰਾਜਾ ਕਰਨ ਵੀ ਗਾਲਾਂ ਦੇਣ ਲੱਗ ਗਏ। ਕਾਹਤੋਂ? ਕਹਿੰਦੇ ਤੇਰਾ ਭਾਂਡਾ ਸੇਕਾਂਗੇ ਜੇ ਇਹੋ ਜਿਹੇ ਲੱਛਣ ਕਰੇਗਾ। ਲੱਛਣ ਨੂੰ ਤਾਂ ਕਿਹੜਾ, ਤਾਂ ਕੋਈ ਗਲਤ ਕੰਮ ਥੋੜੂ ਹੈਗਾ, ਇਹ ਤਾਂ ਸੱਭਿਆਚਾਰੀ ਸਾਹਮਣੇ ਹੋਇਆ ਤਾਂ ਅਲੋਪ ਤਾਂ ਹੋ ਰਿਹਾ ਸੱਭਿਆਚਾਰ। ਯਾਰ ਅਲੋਪ ਦੀ ਗੱਲ ਨਹੀਂ, ਕਹਿੰਦੇ ਤੂੰ ਕਹਿੰਦੇ ਹੁਣ ਲੱਕ ਮਾਰਦਾ ਸੋਹਣਾ ਲੱਗਦਾ, ਕਹਿੰਦੇ ਐਡਾ ਵੱਡਾ ਸਰਦਾਰ ਆ ਤੂੰ, ਕਹਿੰਦੇ ਐਵੇਂ ਪੱਗਾਂ ਬੰਨਦਾ, ਕਹਿੰਦੇ ਐ ਥੋੜਾ ਹੁੰਦਾ, ਕਹਿੰਦੇ ਕਹਿੰਦੇ ਕੁੜੀਆਂ ਵਾਲੇ ਕੰਮ ਕਰਦਾ ਤੂੰ। ਹੁਣ ਇਹਨਾਂ ਦੀ ਯਾਰ ਸੋਚ ਆ ਚੱਲ ਜਿਹੀ ਜੀ, ਉਹ ਤਾਂ ਫਿਰ ਐ ਥੋੜੂ ਹੁੰਦਾ ਗਾ। ਇਹ ਤਾਂ ਕੰਮ ਯਾਰ ਕੋਈ ਛੋਟਾ ਵੱਡਾ ਨਹੀਂ, ਬੰਦੇ ਦੀ ਨੀਤ ਹੈ ਵੱਡੀ ਛੋਟੀ, ਬਾਹਰੋਂ ਕੀ ਖੱਟਣਗੇ, ਅੰਦਰੋਂ ਸੋਚ ਜਿਨ੍ਹਾਂ ਦੀ ਗੰਦੀ। ਉਹ ਗੱਲ ਠੀਕ ਆ ਗੱਗੀ ਯਾਰ, ਮੈਨੂੰ ਵੀ ਫਵਿਆ ਜਾਂ ਨਹੀਂ ਯਾਰ ਇਹ ਕੰਮ। ਹੈਂ? ਮੈਨੂੰ ਵੀ ਫਵਿਆ ਜਾਂ ਨਹੀਂ ਹੈਗਾ ਇਹ ਕੰਮ। ਹੋ ਐ ਕਰ ਓਏ, ਉਹ ਕਰ ਲਾ ਤੂੰ। ਕੀ ਓਏ? ਉਹਦਾ ਬੜਾ ਸਕੋਪ ਹੈ, ਸੌ ਲੱਗੇ ਅਰਜੈਂਟ ਲੋ ਵੀ ਕਹਿੰਦਾ ਨਹੀਂ ਹੁੰਦਾ, ਕਹਿੰਦਾ ਦੇਖ ਕੇ ਵੀ ਬਾ ਪੁੜੀ ਰੱਖਦੀ ਕਾਕਾ ਹੋਊਗਾ, ਤੂੰ ਵੀ ਆਖਦੀ ਹਰ ਘਰ ਵਿੱਚ ਬਾਦਾ ਬਣ ਜਾਣੀ, ਬੇਬੀ ਮੇਰਾ ਦਿਲ ਕਰਦਾ ਮੈਂ ਵੀ ਕੋਈ ਬਾਬਾ ਬਣ ਜਾਂ। ਬਹੁਤ ਸਕੋਪ ਆ ਬਾਬਿਆਂ ਦਾ। ਉਹ ਬਾਬੇ ਤਾਂ ਫੜੇ ਜਾਂਦੇ ਨੇ ਹੁਣ, ਬਾਬਿਆਂ ਦੇ ਤਾਂ ਪੈਂਦੀਆਂ। ਆਪਾਂ ਫੜਨ ਵਾਲਾ ਕੰਮ ਹੀ ਨਹੀਂ ਕਰਦੇ, ਹੋਰ ਕੀ ਕਰਾਂਗੇ? ਮੇਰੀ ਗੱਲ ਸੁਣ, ਤੇਰੀ ਪਿੱਛੇ ਹੱਥ ਤੇਰਾ ਮੇਰਾ ਹੋਇਆ ਕਰੂਗਾ, ਪਿੱਛੇ ਤੇਰੀ ਸਪੋਰਟ ਤੇ ਮੈਂ ਹੋਇਆ ਕਰੂ, ਫਿਰ ਆਪਾਂ ਕਿਵੇਂ ਫੜੇ ਜਾਇਆ ਕਰਾਂਗੇ? ਗੱਲ ਤਾਂ ਨਾ ਗੇਮ ਦਾ ਸਾਰੀ 6 ਮਹੀਨਿਆਂ ਦੀ, ਉਦੋਂ ਬਾਅਦ ਤਾਂ ਦੁਬਾਰੇ ਮੈਂ ਕੇਸ ਲਾ ਕੇ ਟੀਚਰ ਬਣ ਜੂ। ਓਏ ਆਹੋ ਫਿਰ 6 ਮਹੀਨਿਆਂ ਤੱਕ ਤੂੰ ਆਹ ਕੰਮ ਕਰ ਲੈ, ਮੇਰੀ ਗੱਲ ਸੁਣ, ਪਹਿਲਾਂ ਗਾਹਕ ਤਰਲੇ ਮੈਂ ਲੈ ਕੇ ਆਊਂਗਾ। ਅੱਛਾ ਜੀ। ਹਾਂ ਐਂ ਕਰ, ਰੁਪਈਆ ਮੰਗੀ ਤੂੰ 10,000, 5,000 ਮੇਰਾ 5,000 ਤੇਰਾ, ਉਹ ਮੈਂ ਤੈਨੂੰ ਦੱਸ ਦੂ ਕਿਵੇਂ ਸਕੀਮ ਲਾਉਣੀ ਹੈਗੀ, ਬੋਲ ਦੱਸ। ਦੇਖ ਭਾਈ ਨੇ ਕੱਪੜੇ ਕੁੱਪੜੇ? ਕੱਪੜੇ ਤਾਂ ਨਹੀਂ ਹੈ, ਕੱਪੜੇ ਤਾਂ ਲੈ ਕੇ ਆਉਣੇ ਪੈਣਗੇ। ਆਹ ਪਾਲੀ ਆ ਕਿਹਦੇ ਨੇ, ਮਿੱਤੀ ਹੋਰਾਂ ਦੀ ਨੇ? ਆ ਉਹਦਾ ਯਾਰ ਇਹਨਾਂ ਦੇ ਨੇ। ਹਾਂ ਬੁੜੀਆਂ ਹੀ ਨੇ, ਪਰ ਬੁੜੀਆਂ ਵਾਲੇ ਨਹੀਂ ਸੱਚ ਸਹੀ ਲੱਗਣੇ ਯਾਰ, ਹਨਾ। ਤੇ ਆਪਾਂ ਫਿਰ ਐਂ ਕਰਦੇ ਆ, ਦੇਖ ਜਿਹੜਾ ਸਿੰਮੀ ਨਹੀਂ ਹੈਗਾ, ਹਾਂ ਉਹਦਾ ਹੋ ਗਿਆ ਮੋਟਰਸਾਈਕਲ ਚੋਰੀ। ਹਾਂ ਆਇਆ ਤੀ ਮੇਰੇ ਲਗਾ, ਆਇਆ ਤੀਗਾ ਤੇ ਹਾਂ ਉਹ ਮੈਨੂੰ ਪਤਾ ਹੈਗਾ ਮੋਟਰਸਾਈਕਲ ਕਿੱਥੇ ਆ, ਉਹ ਮੈਂ ਆਪੇ ਖੜਾ ਆਊਂਗਾ। ਤੂੰ ਐਂ ਕਹਿ ਦੀ ਕਿ ਅੱਜ ਰਾਤ ਨੂੰ ਤੇਰੇ ਲਵੇ ਤੁਹਾਡੇ ਘਰੇ ਮੋਟਰਸਾਈਕਲ ਖੜ ਜੂਗਾ, ਠੀਕ ਹੈ? 20 ਰੁਪਇਆ ਤਾਂ ਲੱਗੂਗਾ, 10,000 ਰੁਪਇਆ। ਜੇ 10,000 ਰੁਪਇਆ ਉਹਨੂੰ ਦੇਤਾ, 5,000 ਤੂੰ ਲੈ ਲਈ, 5,000 ਮੈਂ ਲੈ ਲਈ। ਬੋਲਣੀ ਆ ਤਾਂ ਇਹਦਾ ਵੀ ਅੱਜ ਰਾਤ ਨੂੰ ਆਜੂ, ਆਹੀ ਬੋਲਣਾ ਬਸ ਬਾਬਾ ਬਣ ਕੇ, ਹੋਰ ਕੁਛ ਨਹੀਂ ਬੋਲਣਾ। ਹਾਂ ਯਾਰ ਦੇਖ ਸਾਲਾ ਸਾਹਿਬ, ਪਹਿਲਾਂ ਵਾਲੇ ਕੰਮ 'ਚ ਵੀ ਬਦਨਾਮੀ। ਸਾਲਾ ਨਾ ਕਹਿ ਪਹਿਲੀ ਗੱਲ ਤਾਂ ਮੈਨੂੰ, ਹੋਰ ਕੀ ਤੇਰਾ ਹੁਣ ਲਾਗਾ ਤੇ ਗਾ ਹੈ ਨਹੀਂ, ਭੈਣ ਅਸੀਂ ਆਪਦੇ ਪਿੰਡ ਲੈ ਗਏ। ਬਾਬੇ ਬੰਦੀ ਬਣਦੇ ਨੇ, ਏਡੀ ਕੀ ਗੱਲ ਹੈਗੀ? ਇਹ ਪੱਕੀ ਗੱਲ ਹੈ, ਪੈਸਾ ਪੂਸਾ ਹੈਗਾ? ਪਹਿਲਾਂ ਗਾਹਕ ਮੈਂ ਲੈ ਕੇ ਆਊਂਗਾ, 100% ਕਹਿਣਾ ਤੈਨੂੰ, ਬੈਠੇ ਬੈਠੇ ਨੂੰ ਤੇਰਾ ਇੱਕ ਜਵਾਨ ਹਲੇ ਤਾਂ ਹੀ ਕਹਿਣਾ ਵੀ ਰਾਤ ਨੂੰ ਤੇਰੇ ਮੋਟਰਸਾਈਕਲ ਬਣ ਜੂਗਾ, 5,000 ਰੁਪਇਆ ਤੇਰਾ ਬਣ ਜੂ, 5,000 ਰੁਪਇਆ ਮੇਰਾ ਬਣ ਜੂਗਾ। ਦੇਖ ਮੈਂ ਲੈ ਕੇ ਆਇਆ ਉਹਨੂੰ ਤੇਰੇ ਲਵੇ ਸਾਮੀ ਆ, ਤੈਂ ਬਸ ਐਂ ਕਰਕੇ ਜਵਾਨ ਜਵਾਨ ਹਲਿਆਉਣੀ ਹੈਗੀ ਵੀ ਆਹ ਗੱਲਬਾਤ ਆ ਤੁਹਾਡੇ ਭਈ, ਆਹ ਗੱਲ ਹੈ। ਉਹ ਆਵਾਮੀ ਗੱਲਾਂ ਹੁੰਦੀਆਂ ਨੇ ਵੀ ਤੁਹਾਡੇ ਘਰ 'ਚ ਆਹ ਗਾ, ਤੁਹਾਡੇ ਘਰ ਮਹਿਸਾਂ ਨੇ, ਮਹਿਸਾਂ ਤਾਂ ਸਾਰੇ ਹੁੰਦੇ ਨੇ, ਫਲਾਣੇ ਦੇ ਕੱਟੀ ਹੈ, ਕੱਟੀ ਨੂੰ ਕੱਟਾ ਹੋਊਗਾ, ਬਾ ਆਹੀ ਮਾਰਨੇ ਜੱਕੜ। ਯਾਰ ਸਾਇੰਸ ਮੰਨਦੀ ਨਹੀਂ ਇਹ ਗੱਲ ਨੂੰ ਵੀ ਆਹ ਸਖਤੀ ਵਾਲੇ, ਉਹ ਸਾਇੰਸ ਤਾਂ ਨਹੀਂ ਮੰਨਦੀ, ਆਪਣੇ ਤਾਂ ਮੰਨਦੇ ਨੇ, ਹਰ ਇੱਕ ਪਿੰਡ 'ਚ ਸਿਆਣਾ ਬੈਠਿਆ, ਆਪਣੇ ਪਿੰਡ 'ਚ ਨਹੀਂ, ਉਹਦੀ ਘਾਟ ਤੂੰ ਪੂਰੀ ਕਰਦੇ। ਦੇਖ ਲੈਂਦੇ ਹਾਂ ਫਿਰ, ਕੁਛ ਨਹੀਂ ਹੁੰਦਾ। ਕਿਹੜਾ ਦਿਨ ਰੱਖੀਏ? ਦਿਨ ਤਾਂ ਆਹੀ ਹੁੰਦਾ, ਇੱਕ ਵੀਰਵਾਰ, ਇੱਕ ਐਤਵਾਰ। ਆਪਾਂ ਹੋਰ ਰੱਖਦੇ ਯਾਰ, ਅਲੱਗ ਚੱਲਦੇ ਆਪਾਂ, ਥੋੜ੍ਹਾ ਜਿਹਾ ਹਟ ਕੇ ਆਪਾਂ ਬੁੱਧਵਾਰ ਰੱਖ ਲੈਂਦੇ ਹਾਂ, ਬੈਟਨੈਸਡੇ। ਬੈਟਨੈਸਡੀ? ਹਾਂ ਬੈਟਨੈਸਡੀ ਰੱਖ, ਬੈਟਨੈਸਡੇ ਰੱਖ ਲੈਂਦੇ ਫਿਰ। ਹੈਂ? ਹਾਂ ਹੁਣ ਤਿਆਰ ਕਰੀਏ ਫਿਰ। ਹਾਂ ਤਿਆਰ ਕਰ ਤੂੰ, ਮੈਂ ਗਾਹਕ ਲੈ ਕੇ ਆਉਣਾਗਾ। ਬਸ ਠੀਕ, ਹਾਂ ਠੀਕ ਹੈ। ਆ ਮੈਂ ਮਾੜੀ ਜਿਹੀ ਦੇ ਮਾਰਦਾ ਲੇੜਾ, ਇੱਥੇ ਕਰੀ ਕੀ ਜਾਣਾ ਤੂੰ? ਹੈ ਉਹ ਇਹਦਾ ਰੋਟੀ ਵਾਲਾ ਪਾਉਣਾ ਸੀ ਹੋਣਾ ਯਾਰ, ਪੱਕਾ ਫਿਰ ਰਹੀ ਫਿਰ ਹੁਣ ਆਪਦੀ ਉਹਤੇ ਪੱਕਾ। ਮੈਂ ਤਾਂ ਆਉਣਾ ਫਿਰ, ਮੈਂ ਬੰਦਾ ਲੈ ਕੇ ਆ ਜਾ। ਬਸ ਠੀਕ ਆ, ਕੈਂਚੀ ਫੜ ਕੇ ਲਿਆ ਯਾਰ, ਕਿੱਧਰੋਂ ਲਿਆਉਣਾ? ਦੰਦਾਂ ਨਾਲ ਕੱਟ ਦੇ। ਹੈਂ? ਦੰਦਾਂ ਨਾਲ? ਬਸ ਤਾਂ ਇੱਕੋ ਹੀ ਰਹਿ ਗਈ। ਆਇਆ ਜਾ ਜਾ ਜਾ, ਕੋਮਨ ਕੋਮਨ ਫੁੱਟਵਿਸ਼ ਕਰੋ ਬਾਬਾ ਜੀ ਨੂੰ। ਉਹ ਤਾਂ ਦਲਵੀਰ ਮਾਸਟਰ ਜੀ ਨੇ। ਦਲਵੀਰ ਮਾਸਟਰ ਲੱਗਦਾ ਤੈਨੂੰ? ਇੱਧਰ ਰੂਹ ਬੈਠੀ ਹੈ, ਦੇਹ ਤਾਂ ਦਲਵੀਰ ਮਾਸਟਰ ਦੀ ਹੈ ਪਰ ਅੰਦਰ ਰੂਹ ਕਿਸੇ ਹੋਰ ਪਾਕ, ਮੁਹੱਬਤ ਕਿਸੇ ਚੀਜ਼ ਦੀ ਹੈ। ਕਿਉਂ ਤੂੰ ਪੁੱਠੇ ਸਿੱਧਾ ਥਾਂ ਤੇ ਲਿਆਇਆ, ਰੂਹਾਂ ਜੀ ਚਿੰਬੜੀਆਂ ਔਖਾ ਹੋਊਗਾ। ਉਹ ਨਹੀਂ, ਰੂਹਾਂ ਚਿੰਬੜਦੀਆਂ, ਇਹ ਤਾਂ ਰਾਤ ਗਿਆਨ ਹੋ ਗਿਆ, ਤੀਜੀ ਅੱਖ ਖੁੱਲ ਗਈ ਬਾਬਾ ਜੀ ਦੀ।
ਦਲਵੀਰ ਮਾਟਰ ਤਾਂ ਉੱਡ ਉੱਡ ਗਏ ਹੁਣ ਕਿਤੇ, ਤਾਂ ਬਸ ਕੱਲੀ ਰੂਹ ਆ ਤੇ ਦੇ ਆ ਗਈ, ਰੂਹ ਤਾਂ ਅੰਦਰ ਕਿਸੇ ਹੋਰ ਚੀਜ਼ ਦੀ ਹੈ, ਛੇਤੀ ਛੇਤੀ ਚਰਨਾਂ 'ਚ ਪੈ ਜਾ ਤੂੰ। ਹਾਂ ਹੋ ਬਾਬਾ ਚਰਨਾਂ 'ਚ ਬਹਿ ਜਾ ਤੂੰ, ਧੋ ਦੇਣਗੇ ਤੇਰੇ ਧੋਣੇ ਸਾਰੇ। ਬਾਬਾ ਜੀ, ਬਾਬਾ ਜੀ, ਸਕੂਲ ਲਾ ਹੁਣ ਅੱਖਾਂ ਕਿਉਂ ਓਵਰ ਐਕਟਿੰਗ ਕਰੀ ਜਾਂਦਾ ਗਾ। ਬਾਬਾ ਜੀ ਮਾਰੋ ਨੀਗਾ ਜੀ, ਬਾਬਾ ਜੀ ਆ ਮਾਰੋ ਆਇਸ ਜੀ ਬੱਚੇ ਤੇ, ਛਿੱਟੇ ਮਾਰਨ ਨੂੰ ਕਿਹਾ ਬਾਬਾ ਜੀ, ਨਿਗਾ ਮਾਰਨ ਨੂੰ ਕਿਹਾ। ਸਾਲਿਆ ਬਾਬੇ ਨੂੰ ਛਿੱਟੇ ਮਾਰ ਕਹਿਣਾ ਓਏ, ਆਪ ਸਿੱਖਾ ਸਾਰਾ ਕੰਮ ਇਹ, ਕਿਤੋਂ ਕਲਾਸਾਂ ਨਹੀਂ ਲਈਆਂ ਇਹਨਾਂ ਨੇ, ਕਲਾਸਾਂ ਨੂੰ ਡੀ ਜੀ ਪੀ ਲੱਗਿਆ ਹੋਇਆ, ਲੱਗਿਆ ਤਾਂ ਬਾਬਾ ਹੋਇਆ ਉਹ। ਡੇਰਿਆਂ ਚ ਐਂ ਬੋਲਦੇ ਹੋ, ਤੁਹਾਡਾ ਘਰ ਆ ਜੀ, ਇਹ ਰੂਹ ਚੱਜ ਦੀ ਨਹੀਂ ਹੈਗੀ, ਇਹਨੂੰ ਲੈ ਕੇ ਚਲੋ ਇੱਥੇ, ਸੁੱਚਾ ਸਾੜਾ ਇੱਥੇ ਸਾਰਾ। ਮੈਂ ਬਹੁਤ ਦੁਖੀ ਹਾਂ ਬਾਬਾ ਜੀ। ਅਸੀਂ ਵੀ ਦੁਖੀ ਹਾਂ ਭਗਤਾ। ਓਏ ਆਹ ਚੱਪ ਬੂਟ ਬਾਬਾ ਜੀ, ਬੂਟ ਬੂਟ ਜੀ ਕੀ ਬੂਟ ਨਹੀਂ ਚੇਲਿਆ, ਇਹਨੂੰ ਕੀ ਕਰਾਈ ਜਾਂਦਾ ਤੂੰ ਇੱਥੇ, ਮੈਂ ਤਾਂ ਆਉਂਦਾ ਨਹੀਂ ਕੁਛ ਉੱਤੋਂ, ਮੈਂ ਤਾਂ ਇਹ ਲੈ ਕੇ ਹੋ ਖੜੀਆਂ ਨੇ ਸਾਰੀਆਂ ਰੂਹਾਂ ਕਿਵੇਂ ਆਉਣਗੀਆਂ। ਕੱਢਤੇ ਜੀ, ਮੈਂ ਵੀ ਕਦੋਂ ਦਾ ਮਹਾਂ ਦੇਖਾ ਕਿਉਂ ਨਹੀਂ ਆਉਂਦੀਆਂ ਰੂਹਾਂ, ਉਹ ਖੜਿਆ 3300 ਦੇਵੀ ਦੇਵ ਉੱਪਰ ਲੈਂਟਰ ਪਾ ਕੇ ਖੜਾਏ ਹੋਏ ਨੇ ਜੀ 3300। ਮੈਂ ਤਾਂ ਭਮੀਰੀਆਂ ਜਿਹੀਆਂ ਦਿਖ ਰਹੀਆਂ ਨੇ ਜੀ ਉੱਤੇ, ਦਿਲ ਕਾਲੇ ਨੇ ਤੁਹਾਡੇ, ਭਮੀਰੀਆਂ ਦਿਖਣਗੀਆਂ ਤੁਹਾਨੂੰ, ਦਿਖਣਗੇ ਕੋਈ ਦੇਵਤੇ। ਬਾਬਾ ਜੀ ਆਹ ਦੇਖੋ ਮਾੜਾ ਜਿਹਾ ਕਰੋ ਜੀ ਹੱਲ, ਮੁੰਡੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਜੀ। ਹੋ ਜੀ, ਕਦੋਂ ਹੋਇਆ? ਕਦੋਂ ਹੋਇਆ? ਪਰਸੋਂ ਹੋਇਆ ਜੀ। ਅੱਛਾ, ਤੁਹਾਡੇ ਕੋਲ ਮੈਂ ਆਇਆ ਵੀ ਸੀਗਾ ਜੀ, ਉਹ ਤੁਸੀਂ ਹੋਰ ਵੇਸ਼ਭੂਸ਼ਾ 'ਚ ਸੀ ਜੀ, ਦਲਵੀਰ ਮਾਸਟਰ ਬਣੇ ਹੋਏ ਸੀਗੇ। ਮਰ ਗਿਆ ਦਲਵੀਰ ਮਾਸਟਰ, ਹੁਣ ਨਹੀਂ ਉਹਦਾ ਦਲਵੀਰ ਮਾਸਟਰ। ਓਵਰ ਐਕਟਿੰਗ ਬਾਬਾ ਜੀ, ਕਮੈਂਟ ਆਉਣਗੇ ਕੀ ਫਾਇਦਾ। ਕੁਛ ਨਹੀਂ ਕੁਛ ਨਹੀਂ, ਆ ਤੂੰ ਦੇਖ ਉੱਧਰ ਗੱਲ ਕਰ, ਤੂੰ ਨੀਲੇ ਰੰਗ ਦਾ ਮੋਟਰਸਾਈਕਲ ਸੀ ਨਾ ਬੱਚਾ? ਹਾਂਜੀ ਹਾਂਜੀ, ਠੀਕ ਹੈ। ਦੋ ਟਾਇਰ ਤੇ? ਹਾਂਜੀ। ਦੋ ਇੰਡੀਕੇਟਰ ਮੂਹਰੇ? ਚਾਰ ਸੀ ਪਿੱਛੇ ਵਾਲੇ, ਤਾਂ ਮੈਂ ਦੱਸੇ ਨਹੀਂ ਗਏ। ਅੱਛਾ ਠੀਕ ਹੈ ਠੀਕ ਹੈ, ਚਾਰ ਸੀ, ਦੋ ਸੀ ਜੀ, ਚਾਰ ਹੋ ਗਏ ਨਾ। ਹਾਂਜੀ, ਪਿਛਲੇ ਦੋ ਲਾ ਕੇ। ਹਾਂਜੀ, ਨੰਬਰ ਪਲੇਟ ਦੀ? ਹਾਂ ਜੀ ਹੈਗੀ ਸੀ। ਰੇਸ ਵਾਲਾ ਵਧੀਆ ਚੱਲਦਾ ਸੀ ਹੈਂਡਲ? ਜਮਾਂ ਵਧੀਆ ਚੱਲਦਾ ਸੀ, ਕਿੱਕ ਥੋੜ੍ਹੀ ਜੁੜਕਦੀ ਸੀ। ਹਾਂ ਜੀ, ਮਾੜੀ ਮੋਟੀ ਕਦੇ ਕਦੇ। ਚੱਕਿਆ ਗਿਆ ਮੋਟਰਸਾਈਕਲ ਦਾ? ਚੱਕਿਆ ਗਿਆ ਜੀ। ਹਾਂ ਆਜੂਗਾ, ਪਰ ਆਏ ਨਹੀਂ ਆਉਂਦਾ। ਹੋਰ ਕਿਵੇਂ ਆਊਗਾ ਜੀ? ਮਾਇਆ ਲੱਗੂਗੀ ਬੇਟਾ, ਮੋਟਰਸਾਈਕਲ ਦਾ ਕੈਥਲ ਟੱਪ ਗਿਆ ਤੁਹਾਡਾ। ਅੱਛਾ ਜੀ, ਐਡੀ ਦੂਰ ਵੱਗ ਗਿਆ ਜੀ? ਕਵਾੜ 'ਚ ਖੜਿਆ ਮੋਟਰਸਾਈਕਲ, ਆ ਫਿਰਦਾ ਇੱਥੇ, ਉਹ ਦੇਖ ਲਓ ਜੋਕੀ ਜਾਂਦਾ। ਹਾਂ ਉਹ ਜਾਂਦਾ ਜੀ, ਟਾਇਰ ਖੋਲ ਲਿਆ। ਹਾਂ ਉਹ ਚੱਕ ਲਿਆ ਪਾਨਾ। ਹਾਂ ਹਾਂ, ਅਰੇ ਕੀ ਜੇ ਮਿਸਤਰੀ ਦੇ ਖੜਿਆ, ਇਹਦਾ ਗੋਹਾ ਜੀ, ਮੈਨੂੰ ਤਾਂ ਗੋਹਾ ਹੀ ਦਿਖੀ ਜਾਂਦਾ ਇਕੱਲਾ। ਤੇਰੇ ਦਿਮਾਗ 'ਚ ਗੋਹਾ ਭਰਿਆ ਹੋਇਆ, ਤਾਂ ਹੀ ਤੈਨੂੰ ਗੋਹਾ ਦਿਖੂਗਾ। ਸਾਨੂੰ ਤਾਂ ਕੋਈ ਨਹੀਂ ਗੋਹਾ ਦਿੰਦਾ, ਸਾਨੂੰ ਤਾਂ ਐਲਈਡੀ ਲੱਗੀ ਦਿੰਦੀ ਆ, ਦੇਖ ਪੈਂਟ ਇੱਚੀ ਸਾਰਾ ਕੁਛ ਉਹਦੇ ਵਿੱਚ ਆ ਰਿਹਾ ਹੈਗਾ, ਦੇਖ ਆਹ ਉਹਦੇ 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 ਹੋ ਲੱਗੇ ਜੋਖਣ। ਹਾਂ, 1.5 ਕੁਇੰਟਲ 300 ਗ੍ਰਾਮ ਦਾ ਹੋ ਗਿਆ ਤੁਹਾਡਾ ਮੋਟਰਸਾਈਕਲ। ਉਹ ਝਾੜਤਾ ਕੰਡੇ ਤੇ। ਰੋਕਦਾ? ਰੋਕ ਦਿਓ ਜੀ। ਫਿਰ ਪੇਮੈਂਟ ਕਿੰਨੀ ਹੋਊਗੀ ਜੀ? 10,000 ਰੁਪਇਆ ਹੋਊਗੀ। ਹਾਂ 10,000 ਹੋਊਗੀ। ਰੋਕਦਾ? ਹਾਂ, ਘੱਟ ਵੱਧ ਕਰ ਲਓ ਜੀ। ਫਿਰ ਰੱਬ ਦਾ ਧੋਲਤਾ, ਉਹ ਤਾਂ ਘੱਟ ਵੱਧ ਕਰ ਲਓ ਜੀ, ਦੇਖ ਕੇ ਦੋ ਕੁਛ ਕਰ ਲਓ ਜੀ। ਹਾਂ, ਦੋ 'ਚ ਇੱਕ ਚੱਕਾ ਮਿਲੂ, ਇੱਕ ਟੂਬਲੈਸ ਟਾਇਰ ਮਿਲੂਗਾ ਦੇਦਾ। ਨਾ ਜੀ, ਪੂਰਾ ਮੋਟਰਸਾਈਕਲ ਚਾਹੀਦਾ ਆਪਾਂ ਦਾ। ਫਿਰ ਰੋਕਦਾ? ਰੋਕ ਦਿਓ ਜੀ। ਭਰ ਦੇਗਾ ਫੀਸ? ਭਰ ਦੂੰਗਾ ਜੀ। ਰੋਕਦਾ? ਰੋਕ ਦਿਓ ਜੀ। ਰੋਕਦਾ? ਰੋਕ ਦਿਓ ਜੀ। ਗੱਗੇ ਜੀ ਭਰਾ ਲੂੰਗੇ? ਹਾਂ ਭਰਾ ਲਾਂਗੇ। ਬਜਾਜ ਕਾਰਡ ਚੱਲਦਾ ਜੀ ਆਪਣਾ? ਸੈਟ ਓਪਨ ਹੈ। ਉਹਨੂੰ ਪੁੱਛੋ ਚੇਲੇ ਨੂੰ, ਬਜਾਜ ਕਾਰਡ ਦਾ ਕੈਸ਼ ਚੱਲਦਾ ਬਾਈ? ਕਿਸ਼ਤਾਂ ਜੀ ਕਰਵਾ ਲਓ। ਨਾ ਨਾ ਨਾ, ਤੁਸੀਂ ਦੇਖ ਮੇਰੀ ਗੱਲ ਸੁਣੋ, ਉਹਦੇ ਫੀਸ ਭਰਦੇ ਰਾਤ ਨੂੰ। ਕਦੋਂ ਆਊਗਾ ਬਾਬਾ ਜੀ ਘਰੇ ਇਹ? ਕੀ ਇਹ ਮੋਟਰਸਾਈਕਲ ਘਰੇ ਕਦੋਂ ਆਜੂਗਾ? ਮੋਟਰਸਾਈਕਲ ਆਜੂਗਾ, ਹੁਣ ਦੇਖੋ ਖੁੱਲਿਆ ਤੀ, ਦੇਖੋ ਹੁਣ ਬੰਦ ਕਰਤਾ ਉਹਨਾਂ ਨੇ ਹਟ ਕੇ, ਲਾਈਟ ਬਾਗੀ ਨਾ ਕੰਡੇ ਤੇ। ਅੱਛਾ ਜੀ। ਹਾਂ, ਹੁਣ ਉਹ ਭੁੱਲ ਜਾਣਗੇ ਉਹਨਾਂ ਦੀ ਵਿੱਚ ਸ਼ਕਤੀ। ਆਪਣੇ ਘਰੇ ਕਦੋਂ ਆਊਗਾ ਜੀ ਇਹ? ਹੈ ਆਪਣੇ ਘਰੇ ਕਦੋਂ ਆਊਗਾ? ਕਿੰਨਾ ਟਾਈਮ ਹੋ ਗਿਆ? ਟਾਈਮ ਤਾਂ ਹੁਣ ਇਹਦਾ ਪਤਾ ਨਹੀਂ ਜੀ ਕਰਨਾ, ਊਂ ਦੱਸ ਦਿਓ ਜੀ ਪੱਕਾ, ਉੱਕਣ ਪੁੱਕਾ ਜਾਂ ਕਿੰਨੇ ਵਜੇ ਆਜੂ ਆਪਣੇ ਘਰੇ? 1 ਵਜੇ ਨਾਲ ਹੋਣਾ ਜੀ। 7:30 ਵਜੇ ਆਜੂ ਮੋਟਰਸਾਈਕਲ ਰਾਤ ਨੂੰ ਜੀ। ਅੱਜ ਆਥਣੇ ਸਵਾਕੇ ਜੀ। ਹਾਂ ਠੀਕ ਹੈ, ਰਾਤ ਨੂੰ ਆਜੂ ਬਾਈ ਮੋਟਰਸਾਈਕਲ, ਠੀਕ ਹੈ? ਅੱਖਾਂ ਮੀਚ ਲਿਓ, ਘਰੇ ਨਾ ਵੜਿਓ, 7:30 ਵਜੇ ਆਈ ਨਹੀਂ ਪਤਾ ਕਿਹੜੀ ਚੀਜ਼ ਖੜਾ ਕੇ ਜਾਵੇ। ਹਾਂ ਹਾਂ, ਕੋਈ ਆਤਮਾ ਭੇਜਾਂਗੇ, ਉਹ ਖੜਾ ਕੇ ਜਾਊਗੀ, ਕੈਥਲ ਤੂੰ ਆਊਗੀ ਆਪ ਚਲਾ ਕੇ। ਬਸ ਠੀਕ ਹੈ ਠੀਕ ਹੈ ਜੀ। ਹਾਂ ਹਾਂ ਹਾਂ, ਕੋਈ ਉਹ ਬੰਦਾ ਬੰਦਾ ਭੇਜ ਦਿਓ ਜੀ, ਚਾਹੇ ਸੀ ਘਰਾਟ ਤੋਂ ਰੇੜੀ ਵਾਲਾ ਭੇਜੇ ਯਾਰ, ਤੈਨੂੰ ਕੀ, ਤੇਰੀ ਚੀਜ਼ ਘਰੇ ਆਜੂਗੀ। ਬਸ ਠੀਕ। ਹਾਂ, ਬੰਦਦਾ ਟਾਈਮ 7:30 ਦਾ? ਬੰਦ ਹੋ ਜੀ, ਬੰਦ ਹੋ, ਆਜੂਗੀ ਗੱਗੀ ਪੇਮੈਂਟ? ਹਾਂਜੀ ਹਾਂਜੀ, ਤੂੰ ਜ਼ਿੰਮੇਦਾਰ ਆ ਗੱਗੀ। ਹਾਂ ਜੀ, ਕਰਦਾ ਕਰ ਦੋ ਜੀ। ਸੁਨੰਦਾ ਸ਼ਰਮਾ ਦੀ ਭੈਣ ਦੀ ਕੜਛੀ? ਓ ਯਾਰ, ਗਾਲ ਨਹੀਂ ਕੱਢਣੀ, ਜਕਾਰਾ ਬੋਲਣਾ। ਅੱਛਾ ਜੀ, ਜੈ ਕਹਿ ਦੋ। ਸੌਰੀ ਜੀ। ਸੁਨੰਦਾ ਸ਼ਰਮਾ ਦੀ ਜੈ। ਸਿਪਰਾ ਗੋਲ ਦੀ ਜੈ। ਨਿਮਰਤ ਖੈਰਾ ਦੀ ਜੈ। ਜੈਸਮਿਨ ਸੈਂਡਰਸ ਦੀ ਬੰਬ। ਓਏ, ਉਹਨਾਂ ਦਾ ਸ਼ਬਦ ਦੀ ਬੰਬ ਆ ਗਿਆ, ਉਹ ਤਾਂ ਬਹੁਤ ਵਧੀਆ ਨੇ। ਅੱਛਾ ਜੀ, ਜੈ ਬੋਲਣੀ ਹੈ ਜੀ? ਹਾਂ ਬੋਲੋ। ਜੈਸਮਿਨ ਸੈਂਡਰਸ ਦੀ ਜੈ। ਸਟੈਪ ਲੰਡਨ ਦੀ ਓ ਯਾ ਓ ਯਾ ਵਾਣਾ ਵਾਣਾ
cousins. Man, hey, come on! Can they know? 47 name, what are you? What are you going to put on the set? Huh? What are you going to Lip shares. Huh? Lip shares. 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 Lip Collaborations. Collaboration ਕਿਹਦੇ ਨਾਲ collaboration ਜੀ ਕਿਹਦੇ ਨਾਲ ਆ ਅਰਜਨ ਢੱਲੋਂ ਅਰਜਨ ਢੱਲੋਂ ਨੂੰ ਕੋਈ ਨਾ ਕਹਿੰਦਾ ਕਿ ਜਾਣਦਾ ਮੁੰਡਾ ਆਪਣੇ ਹੱਥ ਦੀ ਅਰਜਨ ਢੱਲੋਂ ਹਾਂ ਹੋਰ ਹੋਰ ਤਾਂ ਬਸ ਕੁਛ ਨਹੀਂ ਮੈਨੂੰ ਘਰੇ ਛੱਡਿਆ ਉਹ ਕਿਹੜਾ ਪਿੰਡ ਤੇਰਾ ਬੱਲਰੇ ਨਾਲੇ ਤਾਂ ਤੂੰ ਲੰਡਨ ਦੀਆਂ ਲੰਡਨ ਦਾ ਸਿਪਾਹ ਚੁੰਗਾ ਵੀ ਸਾਲਾਂ ਵਾਲੇ ਪੱਲਾ ਮੇਰਾ ਦਾਦਾ ਬੱਲਰੇ ਰਹਿੰਦਾ ਸੀ ਅੱਜ ਕੱਕ ਜਨਾ ਪੈਰ ਮਾਰ ਲਈ ਹਾਂ ਚੱਲ ਨਿਕਲ ਮੁੰਡੇ ਚੋਂ ਹੁਣ ਹੈ ਨਿਕਲ ਜਾ ਹਾਂ ਤੈਨੂੰ ਮੈਨੂੰ ਰੋਜ਼ ਰੋਜ਼ ਹੁਣ ਅੱਖਾਂ ਹੋਇਆ ਮੇਰੇ ਮਟੀ ਬਣਾਓ ਕਿਹੜਾ ਕਲਰ ਕਰੀਏ ਬਲੈਕ ਹੋਲ ਬਲੈਕ ਓਕੇ ਭਾਈਆ ਫਿਰ ਹਾਂ ਭਾਈਆ 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 ਓਕੇ ਓਹੋ ਹਾਂ ਜੀ ਤਕੜੀ ਹੈ ਸਟੈਪ ਲੰਡਣਾ ਜਿਹੜੀ ਬਾਹਰਲਾ ਸਾ ਹੁੰਦਾ ਜੀ ਬਾਹਰਲਾ ਫਰਜਣਾ ਨਾ ਹਾਂ ਨਿਕਲ ਗਈ ਲੋਟਾ ਹੋ ਗਈ ਅਏ ਕਾਦੋਂ ਬੈਠੇ ਹੋ ਤੁਸੀਂ ਉਰੇ ਸਟੈਪ ਲੰਡਣਾ ਕੀਤੀ ਉਹ ਕੀ ਭੈਣ ਦੇ ਫੇਰੇ ਦੇ ਨਾਈ ਦੀ ਉਰੇ ਉਹ ਚੀਜ਼ ਕਰੜੀ ਆ ਉਹ ਹੈ ਲੈ ਕੱਕੀ ਮੇਰੀ ਗੱਲ ਸੁਣ ਹੁਣ 7:30 ਵਜੇ ਦਾ ਮੋਟਰਸਾਈਕਲ ਆ ਜਾਊਗਾ ਘਰੇ ਬਸ ਠੀਕ ਹੈ ਜੀ ਪੇਮੈਂਟ ਪਵਾ ਲੈ ਤੂੰ ਪੇਮੈਂਟ ਪਾ ਬਾਈ ਪੇਮੈਂਟ ਮੈਂ ਤੋਂ ਸ਼ਾਮ ਨੂੰ ਫੜ ਲਈ ਹੈ ਨਾ ਨਾ ਪਹਿਲੇ ਫੜਨੀ ਹੈ ਘੰਟਾ ਹਾਂ ਪਹਿਲਾਂ ਫੜਨੀ ਹੈ ਚਲ ਮੈਂ ਫੜ ਕੇ ਲਿਆਉਣਾ ਜੀ ਫਿਰ ਹਾਂ ਜਸ ਕਰ ਜੋ ਇੱਕ ਕਿਵੇਂ ਕਰਾਂ ਕਿਵੇਂ ਖਾਣ ਪੈਣ ਦਾ ਚੱਕ 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 ਅੱਛਾ ਓ ਚੱਕ 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 ਤੀਣੀ ਚਾਰ ਚੱਕ ਚੰਜਰਾ ਚ ਗੋਲਡ ਜੜਾ ਤੇ ਜੱਟੜੇ ਰੱਖ 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 ਮੇਰੇ ਹੈਂਡ ਤੇ ਤੂੰ ਹੱਥ ਕਿਤੇ ਦੇਣੀ ਤਾਂ ਨਹੀਂ ਪੈਗੇ ਬੜੇ ਕਾਤਾ ਜੱਟਣਾ ਆਪਣਾ ਨਹੀਂ ਮੌਨੀ ਨਹੀਂ ਆਪਣਾ ਨਹੀਂ ਪੂਰੀ ਆ ਜਾਣਨੀ ਆ ਚਾ ਪੂਰੀ ਆ 24 ਘੰਟ ਚੜੀ ਰਹਿੰਦੀ ਜੰਡ ਤੇ ਕੁਜੱਤੀ ਐ ਮੰਨੇ ਆ ਮੈਂ ਤਾਰਾ ਤੇਰੀ ਦਾਲ ਤੱਕ ਪੂਰੀ ਰੱਖ 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 ਮੇਰੇ ਸੱਤੇ ਤੂੰ ਹੱਥ ਕਿਤੇ ਦੇਂਦਾ ਨਹੀਂ ਭੇਜਦਾ ਤੀਜਾ ਤੂੰ ਚੱਕ ਚੱਕ ਮੈਨੂੰ ਤੇਜੀ ਤੇ ਸੱਕ ਉਹੀ ਦਿੰਦਾ ਤੈਨੂੰ ਕੰਪਨੀ ਕਤੀਜਾ ਨਹੀਂ ਮੈਂ ਕਹਨੋ ਬੇਬੀ ਨੋ ਕਹਿੰਦੀ ਗੱਲ ਤਾਂ ਸੁਣੋ ਮੈਂ ਕਹੇ ਬਨੋ ਬੇਬੀ ਨੋ ਯਾਰ ਕਦੇ ਵੀ ਕੇ ਕਰਦੇ ਨਹੀਂ ਸੋ ਹੈਸ਼ ਹੈਸ਼ ਹੈ ਮਿੱਤੀ ਪਹਿਲਾਂ ਦੇਖ ਲੈਣੀ ਆ ਸਕਿਨ ਨੂੰ ਹੁੰਦੇ ਆ ਤੀ ਬੁੜੀਆਂ ਆ ਚੁੱਲ੍ਹਿਆਂ ਤੇ ਵੀ ਮੋਰ ਸਾਪੀ ਰੱਖਦੀਆਂ ਤੀ ਇੰਨੇ ਇੰਨਾ ਕੁਛ ਬਣਾ ਕੇ ਆਉਂਦੇ ਤੇ ਡਿਜ਼ਾਈਨ ਮਿੱਟੀ ਨਾਲ ਗੋਲੀ ਵਾਲੇ ਚੁੱਲ੍ਹੇ ਬਣਾਉਂਦੇ ਹੁੰਦੇ ਅੱਗੇ ਤੈਨੂੰ ਪਤਾ ਗੋਲੀ ਵਾਲੇ ਕਿਵੇਂ ਮੰਮੀ ਦੁਰਪੱਟ ਤੈਨੂੰ ਕੀ ਦੱਸਾਂ ਤੇਰੀ ਮਾਂ ਨੂੰ ਪੁੱਛ ਕੇ ਦੇਖੀ ਵੀ ਗੋਲੀ ਵਾਲਾ ਚੁੱਲ੍ਹਾ ਕੀ ਹੁੰਦਾ ਫਿਰ ਤੂੰ ਹੀ ਦੱਸ ਦੇ ਮੈਂ ਹੁਣ ਮਾਂ ਨੂੰ ਕੀ ਪੁੱਛੂੰਗੀ ਪਹਿਲਾਂ ਉਹਨੂੰ ਫੋਨ ਲਾਉਂ ਫਿਰ ਉਹਨਾਂ ਨੂੰ ਪੁੱਛੂ ਤੂੰ ਹੀ ਦੱਸ ਦੇ ਕੀ ਹੁੰਦਾ ਬਸ ਮੈਨੂੰ ਨਹੀਂ ਪਤਾ ਕੀ ਹੁੰਦਾ ਨਾਲ ਮੇਰੀ ਗੱਲ ਸੁਣਨੀ ਆ ਤੇਰੇ ਮਾਮੇ ਨੂੰ ਕਹਿ ਦੇ ਪੱਥਰ ਦਾ ਚੁੱਲ੍ਹਾ ਲਿਆ ਦੂਗਾ ਇਹ 'ਚ ਜੇ ਅੱਗ ਮਚਾ ਲੈਂਦੇ ਆਪਾਂ ਤਾਂ ਨਾਲ ਦੀ ਨਾਲ ਦੂਜੇ ਦਿਨ ਇਹਤੇ ਪਾਂਡੂ ਲਾਉਣਾ ਪੈਂਦਾ ਗਾ ਸੰਭਾਲ ਰੱਖਣੀ ਪੈਂਦੀ ਆ ਇਹਦੀ ਤੂੰ ਉਹਨੂੰ ਕਹਿ ਪੱਥਰ ਦੇ ਚੁੱਲ੍ਹੇ ਤੇ ਇੱਕ ਵਾਰ ਮਿੱਟੀ ਲੱਗਦੀ ਆ ਮੌਜਾਂ ਹੀ ਮੌਜਾਂ ਨੇ ਹੁੰਦੀਆਂ ਨਾ ਪੱਥਰ ਦਾ ਚੁੱਲ੍ਹਾ ਨਾ ਮੰਗਾਈ ਮੰਮੀ ਇਹੀ ਵਧੀਆ ਨੇ ਮੇਰੇ ਭਾਪੇ ਨੇ ਲੈ ਕੇ ਦਿੱਤਾ ਸੀ ਉੱਥੇ ਹਾਂ ਉਹ ਤਾਂ ਤੀਜੇ ਦਿਨ ਤੜ ਗਿਆ ਨਹੀਂ ਫਿਰ ਮਿੱਟੀ ਨਹੀਂ ਹੈਗੀ ਕਿਤੇ ਇੰਨਾ ਕੁ ਪਾਂਡੂ ਆ ਇਹ ਵੀ ਮੈਂ ਮਾਸੀ ਕੋ ਲਿਆਈ ਤੀ ਉਧਰੋਂ ਪਾਂਡੂ ਹੀ ਨਹੀਂ ਹੈਗਾ ਹੁਣ ਕਿੱਥੋਂ ਲਿਆਉਂਗੀ ਦੱਸ ਹੈ ਮੰਮੀ ਮੇਰੀ ਮੰਮੀ ਦੱਸਦੀ ਹੁੰਦੀ ਆ ਵੀ ਜਦੋਂ ਤੂੰ ਹੋਣ ਵਾਲੀ ਤੀ ਨਾ ਮੈਂ ਹੈ ਉਦੋਂ ਨਾ ਮੈਂ ਇੰਨਾ ਇੰਨਾ ਚੁੱਲ੍ਹਾ ਖਾ ਜਾਂਦੀ ਤੀ ਪਟ ਪਟ ਕੇ ਤਾਂ ਤਾਂ ਪੜੋਲੇ ਵਰਗੀ ਹੋ ਗਈ ਤੂੰ ਹੁਣ ਲੱਗੀਆਂ ਬਾਬੇ ਨੂੰ ਸਲਾਮਾਂ ਹੁਣ ਲੱਗੀਆਂ ਦਲਬੀਰ ਨੂੰ ਸਲਾਮਾਂ ਹੁਣ ਲੱਗੀਆਂ ਲੈ ਤਾਂ ਨਿਬੜ ਗਿਆ ਹੱਥ ਧੋ ਲੈ ਹੁਣ ਇੱਥੇ ਨਕਸ਼ਾ ਦੀ ਸਾਲ ਤਾਈ ਸਤਿ ਸ੍ਰੀ ਅਕਾਲ ਕਿਵੇਂ ਆ ਵੇ ਵਧੀਆ ਤਾਈ ਬਾਈ ਜੇ ਇੱਥੇ ਮੰਜੇ ਤੇ ਆਉਣੀ ਆ ਮੈਂ ਹੱਥ ਧੋ ਲਾਂ ਬਾਈ ਨਾ ਕਿੰਨੇ ਕਦਮ ਵਾਲੇ ਨੇ ਤਾਈ ਉਹਦੀ ਲੈ ਤਾਈ ਕੀ ਤੇਰੇ ਪੈਰਾਂ ਚ ਭੌਰੀ ਆ ਜਦ ਤੈਨੂੰ ਕਹਿ ਦਾ ਵੀ ਖੜ ਜਾ ਭਾਈ ਹੱਥ ਧੋ ਲੈਣ ਦੇ ਆ ਜਾਣੇ ਕੀ ਗੱਲ ਹੋ ਰਹੀ ਹੈ ਮੈਂ ਤਾਂ ਇਹ ਪੁੱਛਣ ਆਇਆ ਸੀਗਾ ਬਾਬਾ ਜੀ ਕਿੱਥੇ ਨੇ ਕਿਹੜਾ ਬਾਬਾ ਬਾਬਾ ਜੀ ਵੇ ਐਡਾ ਵੀ ਬੁੜਾ ਨਹੀਂ ਹੋਇਆ ਤਾਂ ਆਇਆ ਤੇਰਾ ਉਹਨੂੰ ਸੜੇ ਹਾਂ ਉਹਨੂੰ ਥੋੜੀ ਪੁੱਛਦਾਗਾ ਬਾਬਾ ਜੀ ਨੂੰ ਪੁੱਛਦਾ ਮੈਂ ਤਾਂ ਸੜੇ ਹਣ ਕਿਹਨੂੰ ਕਿਹਾ ਸੜੇ ਹਣ ਮਤਲਬ ਉਵੇਂ ਨਹੀਂ ਕਹਿਦਾ ਮੈਂ ਤਾਂ ਸਿੱਧ ਪੁਰਸ਼ ਦੀ ਗੱਲ ਕਰਦਾ ਮਾਂ ਨੇ ਤੈਨੂੰ ਅਕਲ ਨਹੀਂ ਸਿਖਾਈ ਵੀ ਵੱਡਿਆਂ ਨੂੰ ਕਿਵੇਂ ਬੋਲੀਦਾ ਕੀ ਹੋ ਗਿਆ ਤੇਰ ਤਾਏ ਨੂੰ ਸੜਿਆ ਜੀ ਕਹਿੰਦਾ ਨਾ ਨਾ ਤਾਏ ਨੂੰ ਨਹੀਂ ਮੈਂ ਕੁਝ ਕਹਿੰਦੀ ਮੈਂ ਤਾਂ ਬਾਬਾ ਜੀ ਪੁੱਛਦਾ ਸੀ ਕਿਹੜਾ ਬਾਬਾ ਦਲਵੀਰ ਬਾਬਾ ਜੀ ਹੈ ਦਲਵੀਰ ਬਾਬਾ ਜੀ ਵੇ ਤੇਰਾ ਦਿਮਾਗ ਠੀਕ ਆ ਉਹ ਮਾਸਟਰ ਆ ਬਾਬਾ ਨਹੀਂ ਹੈਗਾ ਭੋਲੇ ਲੋਕ ਤਾਈ ਤੈਨੂੰ ਪਤਾ ਨਹੀਂ ਹੈਗਾ ਉਹ ਤਾਂ ਬਹੁਤ ਪਹੁੰਚੀ ਹੋਈ ਸ਼ਾਇ ਉਹ ਐ ਤਾਂ ਪਤਾ ਸਾਨੂੰ ਪਹੁੰਚੀ ਹੋਈ ਉਹਦੇ ਲੱਛਣ ਮਾੜੇ ਨੇ ਉਹ ਲੱਛਣ ਮਾੜੇ ਨਹੀਂ ਉਹ ਜਿਹੜਾ ਦਲਵੀਰ ਮਾਸਟਰ ਸੀ ਉਹ ਤਾਂ ਮਰ ਗਿਆ ਹਾਏ ਮੈਂ ਮਰ ਜਾ ਕਦੋਂ ਵੇ ਮੈਂ ਤਾਂ ਕੱਲ੍ਹ ਦੇ ਗਈ ਵੀ ਨਹੀਂ ਓਏ ਤੈਨੂੰ ਪਤਾ ਉਹ ਮੈਂ ਨਹੀਂ ਹਾਂ ਜਿਹੜਾ ਮਾਸਟਰ ਸੀਗਾ ਉਹ ਤਾਂ ਮਰ ਗਿਆ ਉਹਦੀ ਦੇਹ 'ਚ ਕਿਸੇ ਸਿੱਧ ਪੁਰਸ਼ ਦੀ ਆਤਮਾ ਆ ਗਈ ਸਾਫ਼ ਸਾਫ਼ ਬੋਲੇਗਾ ਦੇਖਤਾ ਹੀ ਸਾਫ਼ ਸਾਫ਼ ਤਾਂ ਮੈਥੋਂ ਬੋਲਿਆ ਨਹੀਂ ਤਾਂ ਜਿਹੋ ਜਿਹਾ ਬੋਲਿਆ ਤਾਂ ਐਡਜਸਟ ਕਰ ਲਾ ਚੱਲ ਠੀਕ ਆ ਜਿੰਨਾ ਕੁ ਸਾਡੇ ਪੱਲੇ ਪਿਆ ਸੀ ਉਹਨਾਂ ਕੁ ਸਮਝ ਜਾਵਾਂਗੇ ਹਾਂ ਮੇਰਾ ਹੋ ਗਿਆ ਸੀਗਾ ਮੋਟਰਸਾਈਕਲ ਚੋਰੀ ਤਾਈ ਮੈਂ ਬਾਬਾ ਜੀ ਕੋਲੇ ਗਿਆ ਅੱਛਾ ਦਲਵੀਰ ਆ ਪਹਿਲਾਂ ਤਾਂ ਬਾਬਾ ਨਾ ਕਹਿ ਚੱਲ ਦਲਵੀਰ ਬਾਬਾ ਜੀ ਕੋਲੇ ਗਿਆ ਫੇਰ ਬਾਬਾ
मोटरसाइकिल चोरी हो गया मेनू भलाती गल मेरा मोटरसाइकिल चोरी हो गया सीगा तीन दिन हो गए मैं सारी कि खुजली गया मैं इन्हें भी कुटिया मेनू फड़ के वरसों उ देवते मोटरसाइकिल मिल जे मैं बाबे नू फड़ाऊंगा बच ना सोचे ने थोड़ा की पता झूठा हथ ला के खा जाओ जुत्तियां बेलड़ तू हो रहा थोनू की पता घर दा जोगी जोगड़ा बहरला जोगी सिद्ध थोनू की पता जुत्ती ला के सुनती है जिन्नी यह बड़ी हो जाती है तो दिमाग जमा डल हो जाता भी बंदा आखिर देखता लवे उधर जाके भी की करदा पुत्ते दा सारे पिंड च बदनामी करा रखिया एक बंदे ने तू परसू सारा दिन मखत्यारे दे खेती बैठा रहना यार ओ की करा सत पाल मैं तां तपा ले मेरे तां हड्ड खा ले इन्हां ने है एक पुक्की दे गाड़ दे काम करदा मैं सुनया तू दो लवा के कार्ड सारा दिन तेनू रगड़ी जांदे ने काम च शाम तक पता है हुण यार तेरे लवे दा अपना कोई ओला नहीं हैगा हां हां तेनू दा पता ही है हुण मैं देख भी सारा दिन टिक के बैना इन्ना ला ला मड़ी जी ला 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 हुण तू आ देख मैं सारा दिन नहीं टिकदा सारा दिन फ्री इन ना बण दे काम तां बहुत करदा इधरली बटते करे उधरली बटते डूड़ की ला साम रखया मैं हैं दो पुक्की दे कार्ड दंदे ने कल्ली पुक्की पत्ती दे सिर ते ना काम करया कर 550 दिहाड़ी हुई पिया बंदे दी अज कल बेचारा दुख सुख करदा ती कहंदा भी बंदे वधिया ने चंगा भुक्की भाकी खवा के शौक नाल काम कराउंदे ने तैनूं भुक्की कदा खवाई असीं ओए बदनामी करदा गा रोटी पानी खवाउंदे ने मेथों नजारे नाल काम कराउंदे ने मेरा जी लग्या होया इन्हां नाल आप तुरे बैठांगा जे उत्थे भैण दी साडी पैली च बगाना कोई बहेगा बलिया नहीं असीं वड्डांगे सच कह गड़स संधू ने ओह कौन है हैं ओह कौन है गड़स संधू हिम्मत संधू मेरे दो पैगा का नशा भी लाता एकदम जी बोल के यार मेन रुखा जा लगे पहला तू लै पैग ला 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 नवा गुआढ़ी बनया खेत का हूं यार जारी पानी नी पैग तू जारी पी होंगी घरे चाह खेत पैग न दो तरह की लिहाज पा सिस्टम यह एक गल है कल कल तू देख रोटी मेनू माई आई
ਰੋਟੀ ਮਟਰ ਪਨੀਰ ਹਾਂ ਸਮਾਇਦਾਰ ਬਣਾ ਇੱਕ ਘੰਟਾ ਤੋ ਰੱਖ ਰਿਹਾ ਓਏ ਇਹਦਾ ਇਹ ਸਪਰੇ ਕਰਕੇ ਹਟਿਆ ਹੈ ਹੈ ਸਪਰੇ ਸਪਰੇ ਕਰਕੇ ਹਟਿਆ ਵੱਟਾਂ ਤੇ ਯਾਰ ਕੋਲੀ ਵੀ ਤੂੰ ਮੇਰੀ ਸ਼ਰਾਬ ਨਾਲੀ ਕਰੀ ਬਈ ਹਨਾ ਘੈਂਟ ਬੰਦਾ ਯਾਰ ਹਾਂ ਪਹਿਲੀ ਬੰਦਾ ਦਾ ਸ਼ਰਾਬ ਨਾਲੀ ਕੁਰਦੀਆਂ ਕਰਦੇ ਨੇ ਹੁੰਦੇ ਨੇ ਆ ਦੰਤ ਕਾਤੀ ਸਹੀ ਗੱਲ ਹੈ ਫਿਰ ਹੁਣ ਤੂੰ ਕੀ ਕਹਿੰਦਾ ਸੀ ਬਈ ਕੱਖਾਂ ਬਾਰੇ ਹਾਂ ਮੈਂ ਤਾਂ ਤੈਨੂੰ ਐ ਕਹਿੰਦੀ ਯਾਰ ਉਹ ਆਪਣੇ ਜਿਹੜੇ ਬਾਹਣ ਦੇ ਲਵੋਂ ਵੱਟਾ ਹੈ ਠੀਕ ਹੈ ਉਹ ਕੱਖ ਵਾਲੇ ਹੋ ਰਹੇ ਨੇ ਉੱਤੇ ਯਾਰ ਆ ਦੇਖ ਮੈਂ ਆ ਦਵਾਈ ਕਰੀ ਆ ਸਾਰੇ ਧੁਰਦੀ ਧੁਰਦੇ ਕੱਲ ਨੂੰ ਮਾਰ ਦੂ ਨਾਲੇ ਤੁਰਤ ਮਾਰਦੀ ਹੈ ਨਾਲੇ ਲੰਬਾ ਅਸਰ ਰੱਖਦੀ ਹੈ ਪਿਓਰ ਕੱਖਾਂ ਵਾਲੀ ਦਵਾਈ ਹੈ ਤੂੰ ਆਹੀ ਲੈ ਜਾ ਯਾਰ ਗੱਲ ਕੀ ਹੈ ਉਹ ਮੈਂ ਕਿੱਥੇ ਵੱਟਾ ਖੁਰਚਦਾ ਫਿਰ ਉਹ ਬਈ ਯਾਰ ਆ ਲੈ ਜਾ 2 ਲੀਟਰ ਬਚੀ ਪਈ ਆ ਚਾਹੇ 5 ਕਿੱਲਿਆਂ ਦੀ ਵਾਹੀ ਵੱਟਾਂ ਤੇ ਮਾਰਦੀ ਯਾਰ ਫਿਰ ਮੈਂ ਹੀ ਕਰੂੰਗਾ ਤੂੰ ਵੀ ਕੀ ਯਾਦ ਰੱਖੇਂਗਾ ਯਾਰ ਵੀ ਬੰਦਾ ਮਿਲਿਆ ਸੀ ਬਈ ਨਵੀਂ ਜਾਰੀ ਆ ਨਾ ਤਾਂ ਲੈ ਜਾ ਜੋ ਮਰਜ਼ੀ ਚੀਜ਼ ਦੀ ਲੋੜ ਹੈ ਜਦੋਂ ਮਰਜ਼ੀ ਦੱਸ ਦੀ ਮੈਨੂੰ ਫੋਨ ਮਾਰ ਦੀ ਟਰੈਕਟਰ ਟਰਾਲੀ ਕੋਈ ਵੀ ਚੀਜ਼ ਦੀ ਲੋੜ ਹੋਵੇ ਖੇਤ ਮੈਨੂੰ ਜਦੋਂ ਮਰਜ਼ੀ ਯਾਦ ਕਰ ਲਈ ਯਾਰ ਲੱਗੀ ਇਹ ਖੱਬਲ ਵਾਲੀ ਆ ਗਈ ਇਹ ਬਈ ਕੱਖਾਂ ਨੂੰ ਮਾਰਦੀ ਆ ਵੱਟਾਂ ਤੋਂ ਆਓ ਪਿਆ ਦੇਖ ਸਾਹਮਣੇ ਲੱਗ ਗਿਆ ਨਾ ਸੁੱਕਣ ਹਲੇ ਇੱਕ ਘੰਟਾ ਵੀ ਨਹੀਂ ਹੋਇਆ ਪਿਓਰ ਦਵਾਈ ਲਿਆਉਣਾ ਬਈ ਮੈਂ ਚਾਹੇ 10 ਰੁਪਏ ਮਹਿੰਗੀ ਲਾ ਦੇਣਾ ਮੈਂ ਲੋਕਾਂ ਵਾਂਗੂ ਸਸਤੀ ਦਾ ਲਾਲਚ ਨਹੀਂ ਕਰਦਾ ਮੈਂ ਕਰਤੀ ਹੁਣ ਹਾਂ ਮੈਂ ਤਾਂ ਨਿਮੇੜਤਾ ਕੰਮ ਮੈਂ ਕਰਦਾਗਾ ਇਹ ਨਹੀਂ ਕਰਦਾ ਹੈਗਾ ਇਹਦਾ ਹਾਂ ਹਾਂ ਜਾ ਸਾਨੂੰ ਭੰਡਦਾਗਾ ਟੈਂਪੂ ਟਰੈਵਲ ਜਾ ਹਾਂ ਬਈ ਜਾ ਕੇ ਹਿੰਮਤ ਨਾਲ ਕਰਦੇ ਉਹ ਤੋਂ ਮੌਸਮ ਖਰਾਬ ਆ ਫਿਰ ਕੱਲ ਨੂੰ ਅੱਜ ਕਰ ਦੇਣਾ ਪਾਉਂਡ ਕਰਿਆਗਾ ਮੈਂ ਕਰ ਦੇਣਾ ਮੈਂ ਕਰ ਦੇਣਾ ਬਸ ਓਏ ਮੈਂ ਆਪ ਹੀ ਕਰ ਦੂੰਗਾ ਤੂਰੇ ਭੰਡ ਤੇ ਥੜੀਆਂ ਚੁਗਲੀਆਂ ਕਰਦੇ ਥੜੀਆਂ ਬੇਇੱਜ਼ਤੀਆਂ ਕਰਦੇ ਚੰਗਾ ਅੱਛਾ ਤੈਨੂੰ ਨਸ਼ਿਆਂ ਤੇ ਲਾਉਣਿਆ ਬਾਈ ਬਾਈ ਮੈਨੂੰ ਐ ਦੱਸ ਸੱਤ ਪਲ ਮੈਂ ਕਿਹੜੀ ਚੁਗਲੀ ਕਰੀ ਐ ਮੈਂ ਚੁਗਲੀ ਕਰੀ ਐ ਕੋਈ ਨਾ ਬਾਈ ਯਾਰ ਬਾਈ ਤਾਂ ਯਾਰ ਕੱਬਈ ਬਹੁਤ ਆ ਯਾਰ ਕਿਤੇ ਕਿਵੇਂ ਹੋ ਜਾਂਦਾ ਕਿਤੇ ਕਿਵੇਂ ਮੈਂ ਬਾਈ ਤੇਰੀਆਂ ਤਰੀਫਾਂ ਕਰੀਆਂ ਨੇ ਕਹਿੰਦਾ ਜੇ ਮੈਂ ਭੁੱਕੀ ਮੰਗਾ ਮੈਨੂੰ 2 ਕਾਰਡ ਦਿੰਦੇ ਨੇ ਇੱਕ ਮੰਗੇ ਰੋਟੀ ਕਹਿੰਦਾ ਪਨੀਰ ਨਾਲ ਸੀਰੀ ਸਾਂਝੀ ਨੂੰ ਜਾ ਕੰਮ ਤੋਂ ਜਾਲੇ ਬੰਦੇ ਨੂੰ ਕੋਲ ਨਹੀਂ ਦਿੰਦਾ ਨਾਲ ਹਨੀਮੂਨ ਮੈਂ ਤਾਂ ਆਪਦਾ ਸਪਰੇ ਕਰ ਹਾਂ ਹਾਂ ਕਰ ਬਾਈ ਕਰ ਅਸੀਂ ਕਰ ਲਈਏ ਦੁੱਖ ਅਸੀਂ ਮੈਂ ਇਹਦੇ ਨਾਲ ਦੁੱਖ ਸੁੱਖ ਕਰ ਲਾਂ ਮੈਂ ਕਰ ਦੇਗਾ ਟੋਲੀ ਉੱਥੇ ਪਈ ਐ ਠੀਕ ਐ ਦੱਬੀ ਪਈ ਆ ਬੋਤਲ ਹੋਰ ਲਿਆ ਮੈਂ ਤਾਂ ਚੱਕਤੀ ਹੋਰ ਐਡਾ ਪੈਗ ਤਾਂ ਉਹ ਮਰ ਗਿਆ ਇੱਕ ਹਲੇ ਹਲੇ ਕਹਿੰਦੀ ਨਸ਼ੇ ਕਰਨੇ ਚਾਹੀਦੇ ਬੰਦੇ ਦੀ ਨੀਤ ਜੀ ਹੋਰੀ ਲੱਗਦੀ ਆ ਖਾਣ ਪੀਣ ਵਾਲੀ ਹੈ ਨਹੀਂ ਆਪਾਂ ਚੱਲ ਉਧਰ ਹੀ ਵਗ ਚੱਲ ਆ ਜਾ ਉਧਰ ਹੀ ਆ ਜਾ ਇੱਕ ਰਹਿ ਗਿਆ ਛੋਟਾ ਜਿਹਾ ਮੈਂ ਲੁਕੋ ਕੇ ਰੱਖੀ ਤੀ ਇਹ ਵੀ ਆ ਜਾ ਨਹੀਂ ਫੇਰ ਆਊ ਇਹ ਗੱਗੀ ਓਏ ਤਾਈ ਦੀ ਸਾਵਾਸੇ ਲੈਣੀਆਂ ਅੱਜ ਜਿੰਨੇ ਵੀ ਖੱਬਣ ਲਈ ਨਾ ਸਾਰਿਆਂ ਦੇ ਸਪਰੇਅ ਕਰ ਦੂੰਗਾ ਮੈਂ ਦੇਖੀ ਫਿਰ ਤਾਇਆ ਮੈਨੂੰ ਸਾਵਾਸੀ ਦਿੰਦਾ ਵੀ ਹਾਂ ਬਈ ਗੱਗੀ ਪੁੱਤ ਮੇਰਾ ਕਿੰਨਾ ਸਿਆਣਾ ਗਾ ਮਾੜਾ ਜਿਹਾ ਤਾਂ ਕੰਮ ਆ ਆਪੀ ਕਰ ਲਾਂਗੇ ਇਹਦੀ ਮਲੰਗੜੇ ਦੀ ਭਰਸੂ ਜੇ ਦੀ ਜ਼ਰੂਰੀ ਮਾਵਾਂ ਕਰਾਉਣੀਆਂ ਗੇ ਹਾਂ ਭੈਣ ਦੀ ਵੱਡਾ ਇਹ ਆਪਦੇ ਨੰਬਰੇ ਕੁੱਟ ਜੂਗਾ ਕੰਮ ਇੱਧਰ ਮੈਂ ਕਰਦਾ ਰਹਿ ਜੂੰਗਾ ਗੱਗੀ ਬਈ ਲੱਗ ਜਾ ਕੰਮ 'ਤੇ ਓਏ ਸਾਡੀ ਪਲੀ 'ਚ ਬਗਾਨਾ ਕੋਈ ਬਹਿ ਗਿਆ ਬੱਲੀ ਇਹ ਨਹੀਂ ਅਸੀਂ ਵਾਡਾਂਗੇ ਹੈ ਬਾਬਾ ਜੀ ਹਾਂ ਬੇਟਾ ਮੈਂ ਹਾਂ ਮੇਰਾ ਮੋਟਰਸਾਈਕਲ ਤਾਂ ਮਿਲ ਗਿਆ ਮੈਨੂੰ ਫੋਨ ਵੀ ਦਵਾ ਦਿਓ ਜੀ ਕਿਵੇਂ ਬੇਟਾ ਫੋਨ ਦਵਾ ਦਿਓ ਜੀ ਮਹਾਂ ਮੈਨੂੰ ਬਾਬਾ ਢੱਲੋਂ ਮੋਬਾਈਲ ਹੱਬ ਵਾਲਿਆਂ ਦੇ ਲੱਗਿਆ ਹੋਇਆ ਦਵਾ ਦੇ ਤੈਨੂੰ ਮਟਰੌਲਾ ਦਾ ਨਹੀਂ ਓਵੇਂ ਨਹੀਂ ਜੀ ਮੇਰਾ ਫੋਨ ਖੋ ਗਿਆ ਸੀਗਾ ਜੀ ਪਹਿਲਾਂ ਮੋਟਰਸਾਈਕਲ ਲੱਭ ਕੇ ਦਿੱਤਾ ਹੁਣ ਤੈਨੂੰ ਫੋਨ ਲੱਭ ਕੇ ਦੇਵਾ ਕਿੱਥੇ ਖੋ ਗਿਆ ਸੀ ਉੱਥੇ ਖੋਇਆ ਸੀ ਜਿੱਥੇ ਮੋਟਰਸਾਈਕਲ ਖੋਇਆ ਹੈਗਾ ਸੇਮ ਲੋਕੇਸ਼ਨ ਤੇ ਫਿਰ ਉਹ ਨਹੀਂ ਦੱਸ ਦਿੰਦਾ ਨਾਲ ਹੀ ਅਪਡੇਟ ਆਪਾਂ ਦੇ ਦਿੰਦੇ ਉੱਥੇ ਧੂਣੇ 'ਚ ਮੈਂ ਕਿਹਾ ਸੀਗਾ ਜੀ ਤੁਸੀਂ ਉਦੋਂ ਕਿੱਥੇ ਗਿਆ ਨਾ ਸੁਣੀ ਜੀ ਨਹੀਂ ਤੁਸੀਂ ਉਦੋਂ ਕੋਈ ਨਾ ਦੁਬਾਰੇ ਧੂਣਾ ਬਾਲਾਂਗੇ ਉਦੋਂ ਦੱਸ ਦਾਂਗੇ ਤੇ ਬਾ ਠੀਕ ਹੈ ਜੀ ਹੈ ਬਾਬਾ ਜੀ ਬੀੜੀਆਂ ਬੂੜੀਆਂ ਪੀਂਦੇ ਹੋ ਤੁਸੀਂ ਆਹ ਚਾਦਰ ਦਾ ਫੂਕ ਰੱਖਿਆ ਹੈਗਾ ਉਹ ਮੇਰਾ ਸੜਾ ਇਹ ਹੋਰ ਬਾਬੇ ਦਾ ਤੇ ਉਹ ਪੀਂਦਾ ਹੁੰਦਾ ਸੀ ਇਹ ਮੈਂ ਲੈ ਕੇ ਅੱਛਾ ਫੇਰ ਠੀਕ ਹੈ ਜੀ ਐ ਕਰੀ ਹਾਂ ਜੀ ਚਾਹ ਤੇ ਦੇਸੀ ਘਿਓ ਪਾ ਲਈ ਮੜਾ ਯਾਰ ਕਿਹੜਾ ਡੇਰੇ ਚ ਜਾ ਰਿਹਾ ਬੜਾ ਯਾ ਦੇਖ ਸਰਪੰਚ ਹੈ ਜੀ ਕੀ ਕਰਨਾ ਹੈ ਇਹ ਪੁੱਛ ਲਓ ਜੀ ਤੁਸੀਂ ਕੀ ਹਾਲ ਨੇ ਬਾਈ ਬੀਆ ਤੁੰਗੀ ਦੀਆਂ ਲੱਤਾਂ ਹੀ ਘੁੱਟੀਆਂ ਨੇ ਨਾ ਬਾਬਾ ਜੀ ਨੇ ਇਹ ਹੈ ਦਲਵੀਰਾ ਕਿੱਥੇ ਆ ਬਾਬਾ ਜੀ ਹੈ ਬਾਬਾ ਜੀ ਆ ਦੇ ਓਏ ਮੈਂ ਦਲਵੀਰਾ ਪੁੱਛਿਆ ਮੈਂ ਬਾਬੇ ਤੂੰ ਕੀ ਕਰਾਉਣਾ ਓਏ ਹਾਂ ਦਲਵੀਰ ਬਾਬਾ ਜੀ ਨੇ ਇਹ ਬਾਬਾ ਬਣ ਗਿਆ ਓਏ ਹਲ ਇਹਦਾ ਸਕੂਲ ਤੇ ਸਕੂਲ ਨਹੀਂ ਜਾਂਦਾ ਹੁਣ ਸਕੂਲ ਦਾ ਛੱਡਤਾ ਉਹ ਤਾਂ ਸਰੀਰ ਦੀ ਤਿਆਗਤਾ ਮਾਸਟਰ ਵਾਲਾ ਤਾਂ ਇਹਦਾ ਬਾਬਾ ਜੀ ਨੇ ਪਹੁੰਚੀ ਹੋਈ ਸ਼ਾਇਆ ਪੂਰੀ ਮੱਥਾ ਟੇਕ ਮੈਂ ਤਾਂ ਕਾਹਤੋਂ ਮੱਥਾ ਟੇਕਣਾ ਮੈਂ ਤਾਂ ਸਾਈਨ ਕਰਾਉਣ ਆਇਆ ਸੀ ਮਾਸਟਰ ਕੋਲੋਂ ਸਾਈਨ ਨਹੀਂ ਹੁਣ ਤਾਂ ਇਹ ਹੱਥ ਦੇਖਦੇ ਨੇਗੇ ਕਰਾਲਾ ਕਿੱਥੇ ਨੇਗੇ ਕਰਾਲਾ ਉਹਦਾ ਨਾ ਆਪਣਾ ਸ਼ੀਤਲ ਹੈ ਭਰਾ ਮੇਰਾ ਅੱਛਾ ਉਹਨੇ ਦੇਖਣੀ ਆ ਭਰਤੀ ਅੱਛਾ ਦੇਖ ਲਓ ਕਹਿੰਦੇ ਵੀ ਜੇ ਕੋਈ ਪਿੰਡ 'ਚ ਮਤਲਬ ਸਰਕਾਰੀ ਮੁਲਾਜ਼ਮ ਹੈਗਾ ਉਹ ਤੋਂ ਟੈਸਟ ਕਰਵਾ ਲਿਓ ਫਾਰਮ ਆ ਮੜੀ ਮਾਰੀ ਘੁੱਗੀ ਯਾਰ ਇਹਦੇ ਕਰਾ ਯਾਰ ਕੀ ਹੁੰਦਾ ਹੁਣ ਤੈਨੂੰ ਜਾਰੀ ਕਹੂੰ ਭਾਣ ਜਾ ਤਾਂ ਕਹਿ ਕੇ ਨਾ ਬੁਲਾਉਣ ਲੱਗਿਆ ਬਾਬਾ ਜੀ ਬਾਬਾ ਜੀ ਕਹੇ ਬਾਬਾ ਜੀ ਕਹਦੇ ਬਾਈ ਜੇ ਤਾਂ ਮੈਥੋਂ ਕੋਈ ਥੌਲਾ ਪਵਾਉਣਾ ਬੇਟਾ ਉਹ ਪਵਾ ਲਓ ਕੋਈ ਬਾਚਰ ਕਰਾਉਣਾ ਉਹ ਕਰਾ ਲਓ ਹਾਂ ਕੋਈ ਤਾਗਾ ਤਮੀਜ਼ ਕਰਾਉਣਾ ਉਹ ਵੀ ਕਰ ਦੇਣਗੇ ਹੋਣੀ ਆ ਉਹ ਜਵਾਕ ਦਾ ਕੰਮ ਬਣ ਜੂ ਮੇਰੇ ਕੋਲ ਤਾਂ ਮੋਰ ਪਵਾ ਲਾ ਮੈਂ ਕੀ ਕਹਿਣਾ ਮੋਰ ਪਾ ਦੇ ਫਿਰ ਕੁਛ ਤਾਂ ਪਾ ਦੇ ਮੇਰੇ ਨਾਲ ਕੀ ਹੋ ਜੂ ਸਰਕਾਰੀ ਬੰਦਾ ਨੂੰ ਸਰਕਾਰੀ ਨੇਗਾ ਕਿਹੜਾ ਸਰਕਾਰੀ ਆ ਹਜੇ 6 ਮਹੀਨਿਆਂ ਨੂੰ ਸਰਕਾਰੀ ਹੋਣਾ ਸਕੂਲ ਛੱਡਤਾ ਬਈ ਸਕੂਲ ਛੱਡਦਾ ਦੱਸਿਆ ਤਾਂ ਤੈਨੂੰ ਉਹ ਰੂਹ ਕਿਤੇ ਬਾਗੀ ਬੇਟਾ ਉਹ ਤਾਂ ਰੂਹ ਗਈ ਹੋਈ ਹੈ ਦਲਵੀਰ ਦੀ ਠੀਕ ਆ ਬਾਬਿਆਂ ਦਾ ਤਾਂ ਪਹਿਲੀ ਨਹੀਂ ਤੋੜਾ ਪੰਜਾਬ 'ਚ ਹੁਣ ਤੂੰ ਆ ਗਿਆ ਮੇਰੇ ਇੱਕ ਬਣ ਨਾਲ ਕਿਹੜਾ ਭੀੜ ਹੁੰਦੀ ਆ
ਠੱਗਣ ਵਾਲੀ ਗੱਲ ਨਹੀਂ ਆਏਗੀ ਬਾਈ। 2 ਮਿੰਟ ਗਾਉਣ ਹੋਇਆ ਤੈਨੂੰ ਦੱਸਾਂ ਮੈਂ ਹਜਾ ਕਰਤਾ ਬਚਨ ਝਾਕੇ ਗਾਲੇ ਦਾਲੇ ਸੱਤ ਪੀੜੀਆਂ ਸੁੱਟੀਆਂ ਐ ਨਹੀਂ ਪਤਾ ਕੀ ਕਰਨਾ लाग ला बड़ा बाबा माफी मांग ला शराप दे दू अगला कोई लग जो डीश नहीं लगता भुखा जा मरूगा जा भग जा शराब दे दो बाबा जी शराब ही दिता हो भैन की गल दी पता नहीं कथों कथों आ जाते चल के कथों गाली लोहाल तो है या तो गुआढ़ चो है दो घर तो छड़ के रहा तू भी बड़ा बोलन लग गया बेटा मैं तो थोनू यही पुछता जी भी हो जूगा फोन दही फिर कल तक मोटरसाइकिल नहीं कर पहला ना करता जी सत्त बजन लत्त समार के कुट्ट पिंजड़िया बालिया बड़िया ने जी कड्डी कुड्डी खेडते रहे पहला कुश्ती खेडते रहा बेटा दुनिया बेटा जिधर ला लो उधर लग जूगी है तू आए कर हाँ जी नाले तो डेरा संभर दे संभर दें जी हाँ नाले चाह दे विच देसी घ्यो पा लै हल्दी पा के अंब अंब हल्दी फड़ लो हाँ जी ते हुण बस ओदी मसाज चलिया कर दे बस मैं ले आउणा जी बाबा जी मैं कहिंदा जी अपना डेरा मॉडिफाई ना करवा लिया करावांगे बेटा जदों संगत आउण लग गई ना उदों करावांगे हुण आपां लोन लेके करावीए डेरा मॉडिफाई नहीं आपां आप ही कर लांगे मतलब कोई ना आपां सारा कुछ संगतां तों कराया करांगे तू चुप करके लत्तां घुटी जाया कर ਕੋਰ ਕਾਲ ਜੁਗਾ ਰਹਿ ਰਾਣਾ ਕੋਰ ਕਾਲ ਜੁਗਾ ਹੈ ਦੇਖ ਲਾ ਓਏ ਦੋ ਮਾਰੇ ਥਾਪੜੇ ਬੁੜੀ ਦੇ ਵਿਚਾਰੀ ਘਰੋਂ ਕੱਢਤੀ ਹੈ ਬਸ ਬਾਈ ਅੱਜ ਕੱਲ੍ਹ ਦੇ ਸਮੇਂ 'ਚ ਮਾਂ ਬਾਪ ਜਵਾਕਾਂ ਨੂੰ ਦੇਖ ਕੇ ਨਹੀਂ ਰਾਜੀ ਜਵਾਕ ਮਾਂ ਬਾਪਾਂ ਨੂੰ ਦੇਖ ਕੇ ਨਹੀਂ ਰਾਜੀ ਉਹ ਕੱਢਤੀ ਬੁੜੀ ਠੇਰੀ ਵਿਚਾਰੀ ਘਰੋਂ ਬਾਹਰ ਦੱਸ ਹੈ ਕਿੱਥੇ ਜਾਊਗੀ ਉਹ ਕਿੱਥੇ ਨਾ ਦੱਸ ਔਰ ਬਸ ਨੂਹੇ ਆ ਭਾਈ ਇਹ ਮੇਰੇ ਸਾਲ ਦੇ ਜਵਾਕ ਜੇ ਹਣੀ ਚੱਜਦੇ ਜਦੋਂ ਨੂਹਾਂ ਆ ਜਾਂਦੀਆਂ ਨੇ ਹੈ ਉਹਨਾਂ ਦੀਆਂ ਉਂਗਲਾਂ 'ਤੇ ਚੜ੍ਹ ਜਾਂਦੇ ਨੇ ਭਾਈ ਜਿਹੜੇ ਮਾਂ ਬਾਪ ਪਹਿਲਾਂ ਕਰਦੇ ਨੇ ਜਵਾਕਾਂ ਵਾਸਤੇ ਸਾਰਾ ਕੁਛ ਭੁੱਲ ਜਾਂਦੇ ਨੇ ਫਿਰ ਅਗਲੀ ਦੀ ਉਂਗਲ 'ਤੇ ਚੜ੍ਹ ਕੇ ਅਗਲੀ ਦੀ ਬੋਲੀ ਬੋਲਦੇ ਨੇ ਪਹਿਲਾਂ ਸਮੇਂ 'ਤੇ ਮਖਤਿਆਰੇ ਜਦ ਭਾਈ ਭਾਈ ਅੱਡ ਹੋਇਆ ਕਰਾਂਦੇ ਇੱਕ ਤੋਂ ਮਾਂ ਬਾਪ ਗੇਲਾ ਛੋਰਾ ਜਦੀ ਅਲੱਗ ਹੋ ਜਾਏ ਜਦ ਵਿਆਹ ਹੋ ਜਾਏ ਹਾਂ ਫਰਕ ਪੈ ਗਿਆ ਸਮਾਂ ਬਦਲ ਗਿਆ ਸਮਾਂ ਕੋਈ ਕੋਈ ਸੋਚਦਾ ਹੈ ਮਾਂ ਬਾਪ ਕੋਰ ਕਲ ਯੁੱਗ ਹੈ ਕੋਰ ਕਲ ਯੁੱਗ ਉਹ ਕਹਿੰਦੇ ਅੰਤ ਨੇੜੇ ਆ ਦੁਨੀਆ ਦਾ ਅੰਤ ਨੇੜੇ ਆ ਹੋਰ ਕੁਛ ਨਹੀਂ ਇਹਦਾ ਬੁੱਧੀ ਭ੍ਰਸ਼ਟ ਹੋਈ ਜਾਂਦੀ ਆ ਲੋਕਾਂ ਦੀ ਕੁਦਰਤ ਨਾਲ ਮੱਥੇ ਲਾਉਂਦੇ ਨੇ ਦੱਸ ਹੈ ਇਹ ਤਾਂ ਰੱਬ ਦੀਆਂ ਖੇਡਾਂ ਨੇ ਸਾਰੀਆਂ ਰਚਾਈਆਂ ਖੇਡਾਂ ਨੇ ਉਹਦੀਆਂ ਰਾਣਾ ਤੂੰ ਦੇਖਦਾ ਜਾ ਕਿਵੇਂ ਗੱਲ ਘੁਮਾ ਕੇ ਕਿੱਥੋਂ ਦੀ ਕਿੱਥੇ ਲੈ ਕੇ ਆਉਂਦਾ ਉਹ ਤੂੰ ਦੇਖਦਾ ਜਾ ਸਭ ਸੂਤ ਆਉਣਗੇ ਸਭ ਆਉਣਗੇ ਹਾਂ ਹਾਂ ਸਭ ਆਉਣਗੇ ਘਾਟਾ ਦਾ ਅੰਦਰ ਨਹੀਂ ਨਿਕਲਦੀ ਦੱਸ ਪਤਾ ਨਹੀਂ ਕੀ ਕਰੀ ਜਾਂਦੀ ਆ ਉਹ ਆ ਗਈ ਨਾਲੇ ਹੋਰ ਆ ਲੋ ਪਾਣੀ ਲੈ ਬਈ ਚੁੰਨੀ ਲੈ ਲੈ ਘਰ ਸਿਰ ਤੇ ਜੇਠ ਲੱਗਦਾ ਤੇਰਾ ਇਹ ਅੱਜ ਕੱਲ ਕੀ ਕੌਣ ਸੀ ਲਵਾਂ ਬਾਈ ਚੁੰਨੀ ਜੇਠਾ ਨਹੀਂ ਉਲਾ ਕੱਢਣਾ ਪੜ ਜਾਏ ਨੀਤੀ ਕਿੱਥੇ ਆ ਬਾੜੇ ਚ ਗਈ ਹੋਈ ਆ ਉਹਨੂੰ ਕੱਲੀ ਕਹਿ ਰਹੀ ਨੂੰ ਕਿਉਂ ਤੋਰਦਾ ਨਹੀਂ ਆ ਤੂੰ ਬਾਹਰ ਆ ਤੈਨੂੰ 20 ਵਾਰ ਕਹੋ ਦੇ ਨਾਲ ਵਗ ਜਾ ਕਰ ਸਮਾਂ ਪਤਾ ਕਿੰਨਾ ਮਾੜਾ ਕੱਲੇ ਕਰੇ ਜਵਾਖ ਨੂੰ ਬਾਹਰ ਨਾ ਤੋਰਿਆ ਕਰੋ ਆ ਕੁਛ ਨਹੀਂ ਹੁੰਦਾ ਹੈਗਾ ਉਹਨੂੰ ਹਾਥੀ ਵਰਗੀ ਆ ਉਹ ਸਾਹ ਤੇ ਬੰਦੇ ਨੂੰ ਨਗਾ ਜੂ ਜੋ ਉਹਨੂੰ ਕੋਈ ਕੁਛ ਕਹੂਗਾ ਨਗਾ ਜੂ ਸਾਹ ਤੇ ਇਹਨੂੰ ਮੇਰੇ ਸਾਹ ਦੇ ਲੋਕ ਤੈਨੂੰ ਪਤਾ ਜਾਨਵਰਾਂ ਤੋਂ ਟੱਪੇ ਪਏ ਨੇ ਗਾਹਾਂ ਨਾਲ ਜਾਇਆ ਕਰ ਕੁੜੀ ਦੇ ਨਾਲ ਡਾਂਗ ਲੈ ਕੇ ਜਾਇਆ ਕਰੋ ਖਾਲੀ ਹੱਥ ਨਹੀਂ ਬਾਹਰ ਨਿਕਲਣਾ ਮੈਂ ਤੈਨੂੰ ਕਿਹਾ ਸੀ ਮਾਂ ਦਾਲ ਧਰਨੀ ਆਪਾਂ ਗੈਸ ਤੇ ਧਰ ਲਾਂਗੇ ਕਹਿੰਦੀ ਨਹੀਂ ਹਾਰੇ ਚ ਬਣਾਉਣੀ ਆ ਮੈਂ ਪਾਥੀਆਂ ਲੈ ਕੇ ਆਉਣੀ ਆ ਅਬ ਧੱਕੇ ਨਾਲ ਗਈ ਆ ਬਾੜੀ ਬਾਕੀ ਵਧੀਆ ਗੱਲ ਹੈ ਪੈਦਾ ਫਾਇਦਾ ਸੋਚਦੀ ਆ ਭਲਾ ਸੋਚਦੀ ਆ ਤੂੰ ਨਾਲ ਤਾਂ ਜਾ ਉਹਦੇ ਲੈ ਕੇ ਨਹੀਂ ਗਈ ਰੱਖ ਲੋ ਡਾਂਗ ਚ ਜੜ ਲੋ ਕੋਕੇ ਖਾਲੀ ਹੱਥ ਬਾਹਰ ਨਹੀਂ ਜਾਣਾ ਹਾਂ ਠੀਕ ਆ ਉਹ ਮੈਨੂੰ ਲੈ ਕੇ ਨਹੀਂ ਗਈ ਕਹਿੰਦੀ ਘਰੇ ਰਹਿ ਜਾ ਤੂੰ ਘਰੇ ਨਹੀਂ ਹੈਗਾ ਕੋਈ ਭਾਈ ਸਮਾਂ ਮਾੜਾ ਰਿਹਾ ਬੰਦੇ ਕੁੱਤੇ ਬਿੱਲਿਆਂ ਵਰਗੇ ਹੋਏ ਪਏ ਨੇ ਜੇ ਕੋਈ ਮੇਰੇ ਸਾਲ ਦਾ ਅੱਖ ਕੱਢਦਾ ਡਾਂਗ ਫੇਰਤੀ ਆਪਾਂ ਦੇਣਾ ਕਿਸੇ ਦਾ ਕੁਛ ਮਲੰਗਦਾ ਠੀਕ ਹੈ ਨਾਲੇ ਉਹਨੂੰ ਦਿਆ ਕਰ ਚਾਹ ਪਾਣੀ ਉੱਧਰ ਬੈਠਾ ਰਹਿੰਦਾ ਇਕੱਲਾ ਉਹ ਮੈਂ ਨਹੀਂ ਜਾਂਦੀ ਹੈਗੀ ਕਿਉਂ ਉਹਨੇ ਤਾਂ ਆਪਣੀ ਇੱਜ਼ਤ ਦੀਆਂ ਧੱਚੀਆਂ ਉਡਾ ਰੱਖੀਆਂ ਨੇ ਕੀ ਕਰਤਾ ਇਹ ਜਾਂ ਹੁਣ ਕੰਜਰ ਦੇ ਨੇ ਬੂਬਣਾ ਬਣਿਆ ਫਿਰਦਾ ਸਾਧ ਬਣ ਗਿਆ ਸਿੰਮੂ ਆਇਆ ਤੀ ਹਾਂ ਬਈ ਸਿੰਮੂ ਆਇਆ ਤੀਗਾ ਡੱਬਾ ਚੱਕੀ ਫਿਰਦਾ ਸੀ ਉਹ ਮਠਿਆਈ ਦਾ ਹੋਰ ਕਾਹਦਾ ਡੱਬਾ ਜਵਾਕ ਹੋਇਆ ਮਠਿਆਈ ਦਾ ਡੱਬਾ ਚੱਕੀ ਫਿਰਦਾ ਸੀ ਉਹ ਕਹਿੰਦਾ ਸਾਡਾ ਮੋਟਰਸਾਈਕਲ ਖੋ ਗਿਆ ਤੀ ਦਲਵੀਰੇ ਨੇ ਲੱਭ ਕੇ ਦਿੱਤਾ ਦਲਵੀਰੇ ਬਾਬੇ ਨੇ ਕਹਿੰਦਾ ਡੱਬਾ ਚੜਾਉਣ ਆਇਆ ਮੈਂ ਤਾਂ ਮੈਂ ਦਾ ਮਕਲਾਵਾ ਦਿੱਤਾ ਲੱਭ ਕੇ ਦਲਵੀਰੇ ਨੂੰ ਕੀ ਪਤਾ ਮੋਟਰਸਾਈਕਲ ਕਿੱਥੇ ਤੀ ਕਿਹਦੇ ਕੋਲ ਤੀ
ਸਾਰਾ ਪਤਾ ਮੈਨੂੰ ਕਿੱਥੋਂ ਉਹਦਾ ਮੋਟਰਸਾਈਕਲ ਗਿਆ ਕਿੱਥੇ ਮੋਟਰਸਾਈਕਲ ਹੈਗਾ ਕਿੱਥੇ ਨਾ ਨਾ ਉਹਨੂੰ ਸਮਝਾ ਨਹੀਂ ਸਕਦੇ ਮਾੜਾ ਮੋਟਾ ਜੇ ਅੱਛਾ ਉਹ ਹੁਣ ਨੌਕਰੀ ਤੋਂ ਲੈ ਗਿਆ ਤਾਂ ਆਹ ਕੰਮ ਕਰੂਗਾ ਸਾਰੇ ਪਿੰਡ 'ਚ ਥੂ ਥੂ ਕਰਾ ਰੱਖੀ ਆ ਉਹਨੇ ਤਾਂ ਮੇਰੇ ਸਾਲ ਦਾ ਡੰਗਰ ਉਹਦਾ ਕਰੀਏ ਤਾਂ ਕੀ ਕਰੀਏ ਕਦੇ ਕਿਹੜਾ ਕੰਮ ਕਦੇ ਕਿਹੜਾ ਕੰਮ ਕੰਮ ਵੀ ਕੀ ਕਰਦਾ ਕੜੰਮ ਕਰਦਾ ਹੋਰ ਇਹ ਲੱਛਣ ਫੜੀ ਜਾਂਦਾ ਕੰਜਰ ਦਾ ਵੀ ਤੂੰ ਕੋਈ ਕੰਮ ਕਾਰ ਕਰ ਲੈ ਕੁਛ ਹੋਰ ਕਰ ਲੈ ਭਾਈ ਖੇਤੀਬਾੜੀ ਕਰ ਲੈ ਸਬਜ਼ੀ ਕਰ ਲੈ ਸਬਜ਼ੀਆਂ ਸੁਬਜ਼ੀਆਂ ਵੇਚਣ ਲੱਗ ਜਾ ਕਾਹਨੂੰ ਮੇਰੇ ਸਾਲ ਦਾ ਪੁੱਠੇ ਕੰਮ ਕਰੂ ਜਿੰਨੇ ਕਰੂ ਮੈਂ ਕਰਕੇ ਆਊਂਗਾ ਗੱਲ ਉਹਦੇ ਨਾਲ ਚੱਲ ਕੋਈ ਨਾ ਤੂੰ ਜਾ ਪੜਾ ਜਾਂ ਕੁੜੀ ਲਵੇ ਜਾ ਉਹਦੇ ਨਾਲ ਆ ਜੂਗੀ ਕੁੜੀ ਆ ਤੂੰ ਵਗ ਜਾ ਮੇਰੀ ਮੰਨ ਲੈ ਕਰ ਆ ਡਾਂਗ ਜੀ ਲੈ ਜਾ ਦੇੜੀ ਵੱਡਾ ਵੀਰ ਮੇਰਾ ਸੇ ਹਾਏ 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 ਮੇਰਾ ਕੰਮਾ ਪੁੱਤ ਆ ਗਿਆ ਤੱਕਦਾ ਰਿਹਾ ਖੜਾ ਸਪਰੇ ਕਰਕੇ ਆਇਆ ਲੱਗਦਾ ਐ ਕਰ ਬਸ ਕਰ ਪਾ ਕੁਛ ਪੁੱਤ ਖੜਜਾ ਥੋੜਾ ਜਿਹਾ ਰਹਿ ਗਿਆ ਬਾਜਾ ਮੇਰਾ ਚੁੱਪ ਕਰ ਜਾ ਕਕੀ ਖੇਤ ਚ ਜਾ ਕੇ ਕੰਮ ਕਰ ਲਿਆ ਕਰ ਆ ਦੇਖ ਮੇਰਾ ਪੁੱਤ ਸਪਰੇ ਕਰਕੇ ਆਇਆ ਮੇਰਾ ਪੁੱਤ ਹਾਂ ਲਿਆ ਦੇ ਪਾਣੀ ਕਾ ਦੁੱਧ ਗਰਮ ਕਰ ਰਿਹਾ ਬੈਠ ਲਿਆ ਦੇ ਚਮ ਚਮ ਆਜਾ ਬੈਠ ਚਮ ਚਮ ਮੇਰੇ ਸਲ ਦੇ ਖੱਬਲੇ ਬਹੁਤ ਜਿਆਦਾ ਹੋ ਰਹੇ ਤੇ ਪਹਾ ਜਾ ਡੱਕਿਆ ਪਿਆ ਸੀ ਪਹੇ ਤੇ ਥੋੜੂ ਕਰਕੇ ਆਇਆ ਮੈਂ ਹੋਰ ਕਾਹਦੇ ਕਰਿਆ ਬੱਟਾ ਤੇ ਬੱਟਾ ਤੇ ਵੀ ਖਾਸੇ ਹੋ ਰਹੇ ਤੇ ਵਧੀਆ ਜਿਆਦਾ ਨਾ ਬੱਟਾ ਤੇ ਵੀ ਨੀ ਕਰਕੇ ਆਇਆ ਹੋਰ ਕਾਹਦੇ ਕਰਤੀ ਉਹ ਤਾਂ ਆਪਣੀ ਜੀਰੀ 'ਚ ਹੋ ਰਹੇ ਤੀ ਐਡੇ ਜੀਰੀ 'ਚ ਕਰਾਇਆ ਆ ਬਹਿ ਜਾ ਬੇੜਾ ਕੰਜਰ ਦਾ ਰਾਊਂਡ ਅਪ ਜੀਰੀ ਤੇ ਮਾਰਤੀ ਹਾਂ ਪਰ ਖੱਬਲ ਖੱਬਲਾਂ ਤੇ ਉਹ ਮੱਚ ਜਾਣਗੇ ਹਾਂ ਕਿੰਨੀ ਜੀਰੀ ਤੇ ਮਾਰਤੀ ਉਹ ਮਤਲਬ ਡੇਢ ਕਿੱਲੇ 'ਚ ਹੀ ਮਾਰਿਆ ਤੇਰੀ ਮਾਂ ਦੇ ਫੇਰੇ ਉਹ ਤੇਰੀ ਦੇ ਕੰਜਰ ਦੇ ਆ ਥੈਂਕ ਯੂ ਇੰਨਾ ਮਾਣ ਸਨਮਾਨ ਕਰ ਓਏ ਸਾਲਾ ਖੱਬਲ ਵਾਲੀ ਹੁੰਦੀ ਆ ਰਾਊਂਡ ਅਪ ਜੀਰੀ ਤੇ ਕਿਉਂ ਮਾਰਤੀ ਹਾਂ ਪਰ ਜੀਰੀ ਤਾਂ ਖੜੀ ਰਹੂ ਉਹ ਖੱਬਲ ਖੱਬਲ ਮੱਚ ਜਾਣਗੇ ਹੋਏ ਕਿਵੇਂ ਮੱਚ ਜਾਣਗੇ ਸਾਲਾ ਜੀਰੀ ਵੀ ਨਾਲ ਮੱਚੂਗੀ ਸਾਰੀ ਜੀਰੀ ਤੁਹਾਨੂੰ ਮੱਚਦੀ ਹੁੰਦੀ ਆਗੀ ਤੂੰ ਸੰਦਾ ਪੁੱਤ ਸੰਦ ਤਾਂ ਤੈਨੂੰ ਅਕਲ ਨਹੀਂ ਹੈਗੀ ਓਏ ਮੇਰੇ ਸਾਲ ਦਾ ਬੂਝੜ ਦਾ ਸਮਾ ਦੋ ਖੇ ਤੈਨੂੰ ਕੁੱਜਰ ਦੇ ਨੇ ਸਾਰੀ ਜੀਰੀ ਫੂਕ ਕੇ ਰੱਖਤੀ ਨਾਲੇ ਦਾ ਤੁਹਾਡਾ ਭਲਾ ਕਰੋ ਨਾਲੇ ਤੁਸੀਂ ਆ ਚੜ ਚੜ ਕੇ ਪੰਨੋਗੇ ਓਏ ਅਹੇ ਜਾ ਭਲੇ ਦੀ ਸਾਨੂੰ ਲੋੜ ਨਹੀਂ ਕੰਜਰ ਦੇ ਕੀ ਕਰਾਂਗੇ ਹੁਣ ਕੀ ਲਾਵਾਂਗੇ ਉੱਥੇ ਕੀ ਨਾ ਸਾਰੀ ਜੀਰੀ ਫੂਕਤੀ ਤੂੰ ਐ ਕੋਦਾ ਫੂਕਿਆ ਕੱਲੇ ਖੱਬੜ ਖੱਬੜ ਫੂਕੇ ਨੇ ਵਿੱਚੋਂ ਐ ਸਾਰਾ ਖੱਬੜ ਕਿਵੇਂ ਫੂਕਿਆ ਜਾਊ ਜੀ ਸਪਰੇ ਨੂੰ ਪਤਾ ਕਿਹੜਾ ਖੱਬੜਾ ਕਿਹੜੀ ਜੀਰੀ ਹੈ ਸਪਰੇ ਨੂੰ ਪਤਾ ਨਹੀਂ ਹੁੰਦਾ ਤਾਂ ਸਪਰੇ ਹੁੰਦੀ ਹੈ ਉਹਦਾ ਖੱਬੜ ਨੂੰ ਵੀ ਮਚਾਊਗੀ ਜੀਰੀ ਨੂੰ ਵੀ ਮਚਾਊਗੀ ਹੋ ਸੰਦ ਓਏ ਤਿੰਨਾ ਦਿਮਾਗ ਲਾਣਾ ਦਾ ਜਾਂ ਤੋ ਮਤਲਬ ਦਿਮਾਗ ਤਾਂ ਲਾਇਆ ਦੀਗਾ ਮੈਂ ਦਿਮਾਗ ਤਾਂ ਹੈ ਨਹੀਂ ਕੰਜਰ ਦੇ ਦਾ ਦਿਮਾਗ ਤਾਂ ਵੇਚਤਾ ਅੰਗਰੇਜ਼ਾਂ ਵਰਗਾ ਦਿਮਾਗ ਹੈ ਅੰਗਰੇਜ਼ਾਂ ਵਰਗਾ ਤੁਹਾਨੂੰ ਕੀ ਪਤਾ ਹੈ ਦਿਮਾਗ ਆ ਤੇਰਾ ਵੱਡਾ ਲੈਣ ਸਟਣ ਪਤਾ ਕਿਸ ਤਰ੍ਹਾਂ ਪਾਲੀ ਦੀ ਮੇਰੇ ਸਾਲ ਦੇ ਧਨੌਲੇ ਹਸਪਤਾਲ ਚ ਪਾਗਲ ਨੀ ਜਿੰਨੇ ਮੈਂ ਘਰੇ ਰੱਖੀ ਬੈਠਾ ਮੇਰੇ ਸਾਲ ਨੇ ਜਮੀ ਖੂੰਜੇ ਲਾਤਾ ਓਏ